ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਸ਼ਤਰ ਤਖਤਾਂ ਦੇ ਮਾਲਕ, ਦੀਨਾ ਬੰਧੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਪਿਛਲੇ ਪਹਿਰ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਜੀਵਨ ਦੀਆਂ ਘੜੀਆਂ ਨੂੰ ਸਫਲੀਆਂ ਕਰ ਰਹੇ ਹੋ। ਇਤਿਹਾਸ ਦੇ ਪਾਵਨ ਪ੍ਰਸੰਗਾਂ ਦੇ ਵਿੱਚੋਂ ਆਪ ਜੀ ਨੇ ਸਰਵਣ ਕੀਤਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਤਪੇ ਜੀ ਸਵਾਲਾਂ ਦਾ ਜਵਾਬ ਮਲਾਰ ਰਾਗ ਦਾ ਸ਼ਬਦ ਉਚਾਰਨ ਕਰਕੇ ਬਖਸ਼ਿਸ਼ ਕੀਤਾ। ਗੰਗਾ ਜਮੁਨਾ ਗੋਦਾਵਰੀ ਸੁਰਸਤੀ ਤੇਰੂ ਚੈ ਤੂਰ ਉਦਮ ਸਾਧੂ ਕੀ ਤਾਰੀ, ਕਿਲ ਵਿਖ ਮੈਲ ਪਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਇਹਨਾਂ ਅੰਮ੍ਰਿਤ ਵਚਨਾਂ ਦੁਆਰਾ ਜਦੋਂ ਸਤਿਗੁਰਾਂ ਨੇ ਉਸ ਹੰਕਾਰ ਦੇ ਭਰੇ ਤਪੇ ਨੂੰ ਉਪਦੇਸ਼ ਬਖਸ਼ਿਆ, ਪੱਥਰ ਜਿਹਾ ਜਿਗਰਾ ਜੋ ਕਦੇ ਸਤਿਗੁਰਾਂ ਦੀ ਵਿਰੋਧਤਾ ਕਰਦਾ ਸੀ, ਗੁਰੂ ਸਾਹਿਬ ਨਾਲ ਈਰਖਾ ਰੱਖਦਾ ਸੀ, ਅੱਜ ਮੋਹ ਹੋ ਗਿਆ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਬੜੇ ਵਿਸਥਾਰ ਸਹਿਤ ਸਰਵਣ ਕੀਤਾ। ਆਓ ਮਨ ਵਿਰਤੀਆਂ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਲੈ ਕੇ ਚੱਲੀਏ, ਪ੍ਰੇਮ ਦੀ ਪਾਓ ਸਾਂਝ, ਬਖਸ਼ੋ ਆਸੀਸ ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸਦਾਤੇ ਤੁਮ ਤਿਆਗੈ ਜੋਈ, ਸੋ ਮੂਰਖ ਨੇ ਸਭ ਕੁਛ ਖੋਏ। ਅਤ ਨਿਮਰਤਾ ਦੀ ਮੂਰਤ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਸਹਿਜ ਸੁਭਾਅ ਰਸਨਾ ਤੋਂ ਸਤਿਗੁਰਾਂ ਨੇ ਇਹ ਅੰਮ੍ਰਿਤ ਵਚਨ ਉਚਾਰਨ ਕੀਤੇ, ਇਹਨਾਂ ਵਚਨਾਂ ਦਾ ਮਨ ਉੱਤੇ ਇੰਨਾ ਕੁ ਅਸਰ ਉਸ ਤਪੇ ਤੇ ਹੋਇਆ, ਲੰਮਾ ਪੈ ਕੇ ਚਰਨਾਂ ਤੇ ਡੰਡੌਤ ਕਰਕੇ ਆਖਣ ਲੱਗਿਆ, ਸਤਿਗੁਰੂ ਜੀ ਜਗ ਤੇ ਕਿਹੜਾ ਮੂਰਖ ਹੈ ਜਿਹਨੂੰ ਤੁਹਾਡੇ ਵਰਗਾ ਗੁਰੂ ਮਿਲੇ ਤੇ ਸਮਝ ਫੇਰ ਨਾ ਆਵੇ। ਨਹੀਂ ਕੋਈ ਹੋ ਸਕਦਾ, ਤੁਸੀਂ ਤੇ ਮੂਰਖਾਂ ਨੂੰ ਸਮਝਾਉਣ ਵਾਲੇ ਹੋ, ਸਿੱਧੇ ਰਾਹ ਪਾਉਣ ਵਾਲੇ ਹੋ, ਬੜੀ ਬਖਸ਼ਿਸ਼ ਕੀਤੀ ਹੈ।
ਅਬ ਮਨ ਜਾਣਿਓ ਸੰਤ ਮਹਾਤਮ, ਜਿਸ ਤੇ ਪ੍ਰਾਪਤ ਗਿਆਤਾਤਮ। ਸਤਿਗੁਰੂ ਜੀ, ਅੱਜ ਮੈਨੂੰ ਸਮਝ ਆਈ ਹੈ ਸਤ ਸੰਗਤ ਦਾ ਮਹਾਤਮ ਕੀ ਹੈ। ਜਦੋਂ ਤੱਕ ਮਨ ਦੀਆਂ ਅੱਖਾਂ ਨਹੀਂ ਸੀ ਖੁੱਲੀਆਂ, ਉਦੋਂ ਤੱਕ ਇਹ ਸਭ ਕੁਝ ਐਵੇਂ ਹੀ ਲੱਗਦਾ ਸੀ। ਸੱਚੀ ਸਾਨੂੰ ਵੀ ਇੱਦਾਂ ਹੀ ਲੱਗਦਾ। ਨਾਮ ਜਪਣਾ, ਸੇਵਾ ਕਰਨੀ, ਸਾਨੂੰ ਬੋਝ ਲੱਗਦਾ। ਰੱਬ ਦੀ ਗੱਲ ਸੁਣਨੀ ਸਾਨੂੰ ਔਖੀ ਲੱਗਦੀ ਹੈ। ਸੱਚੀ ਗੱਲ ਹੈ, ਜਿੱਦਣ ਰੱਬ ਨਾਲ ਪ੍ਰੀਤ ਬਣ ਗਈ, ਇਸ ਚੀਜ਼ ਦਾ ਆਨੰਦ ਫਿਰ ਦੱਸਿਆ ਹੀ ਨਹੀਂ ਜਾਣਾ। ਗੁਰਬਾਣੀ ਪੜ੍ਹੀ, ਸਤਿਗੁਰਾਂ ਨਾਲ ਗੱਲਾਂ ਕਰੀ, ਤੇ ਚਿੱਤ ਕਰਦਾ ਗੁਰੂ ਨਾਲ ਗੱਲਾਂ ਕਰੀ ਜਾਣਾ, ਕਰੀ ਜਾਣਾ। ਗੁਰੂ ਰਾਮਦਾਸ ਮਹੰਤ ਦੇ ਬਚਨਾਂ ਨੂੰ ਸੁਣ ਕੇ ਆਖਣ ਲੱਗਿਆ, ਸਤਿਗੁਰੂ ਜੀ ਸੋਇਆ ਮਨ ਜਾਗ ਪਿਆ, ਅੱਗੇ ਮਨ ਮੇਰਾ ਸੁੱਤਾ ਸੀ, ਮੈਂ ਲੋਕਾਂ ਨੂੰ ਜਗਾਉਂਦਾ ਫਿਰਦਾ ਸੀ, ਪਰ ਅੱਜ ਸਮਝ ਆਈ ਸਤ ਸੰਗਤ ਕਿੰਨੀ ਮਹਾਨ ਹੈ। ਤੁਸੀਂ ਬਚਨ ਕੀਤੇ ਸੀ ਕਿ ਸਤ ਸੰਗਤ ਦੀ ਧੂੜ ਜਿਹਦੇ ਨੇਤਰਾਂ ਵਿੱਚ ਪੈ ਜੇ ਉਹ ਜੀਵਨ ਮੁਕਤ ਹੋ ਜਾਂਦਾ। ਤੇ ਮੈਨੂੰ ਲੱਗਦਾ ਸੀ ਤੀਰਥ ਵੱਡੇ। ਗੁਰੂ ਸਾਹਿਬ ਨੇ ਕੱਲ ਆਖਿਆ ਨਾ, 68 ਤੀਰਥ ਦੇਵੀ ਖਾਪੇ ਕੁਰਬੀ ਲੱਗੇ ਬਾਣੀ। ਵੀ ਭਾਈ ਜਿੰਨੇ ਦੇ ਜਿੰਨੇ ਤੀਰਥ ਨੇ ਸਭ ਦੇਵੀ ਦੇਵਤਿਆਂ ਨੇ ਥਾਪੇ ਨੇ, ਤੀਰਥਾਂ ਦੇ ਦੇਵਤੇ ਨਹੀਂ ਥਾਪੇ, ਕਿਸੇ ਤੇ ਬਣਾਏ ਹੋਏ ਮੈਨ ਮੇਡ ਨੇ ਜਿੰਨੇ ਵੀ ਤੀਰਥ। ਪਰ ਸਤਸੰਗ ਉਸ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਹੈ, ਉਹਦੇ ਨਾਮ ਨਾਲ ਜੁੜੀ ਹੋਈ ਹੈ। ਇੱਥੇ ਜਿਹੜਾ ਵੀ ਬਹਿੰਦਾ ਉਹਦੇ ਅੰਦਰ ਨੂੰ ਬਦਲਿਆ ਜਾਂਦਾ ਹੈ, ਬਾਹਰ ਨੂੰ। ਤੇ ਜਿਹਦਾ ਮਨ ਬਦਲ ਗਿਆ ਜੀ, ਉਹਦਾ ਸਾਰਾ ਕੁਝ ਹੀ ਬਦਲ ਜਾਂਦਾ ਹੈ। ਸਤਿਗੁਰਾਂ ਨੂੰ ਕਹਿੰਦਾ, ਸੱਚੇ ਪਾਤਸ਼ਾਹ ਅੱਜ ਮੈਨੂੰ ਇਸ ਜੱਗ ਤੇ ਏਦਾਂ ਲੱਗਦਾ ਵੀ ਮੇਰਾ ਆਇਆ ਸਫਲਾ ਹੋ ਗਿਆ, ਜੀਵਨ ਭਰ ਮੈਂ ਬੁਝਤਾਂ ਕਰਦਾ ਰਿਹਾ ਹਾਂ। ਮਿਲ ਸਤ ਸੰਗਤ ਮੇ ਸੁਖ ਜੋਇਓ। ਸਾਹਿਬ ਜੀ ਮੈਨੂੰ ਅੱਜ ਸਮਝ ਆਈ, ਜੋ ਮੈਂ ਕਰਦਾ ਰਿਹਾ ਧਰਮ ਮੰਨ ਕੇ ਉਹ ਪਖੰਡ ਸੀ। ਪਖੰਡ ਦਾ ਅਰਥ ਕੀ ਹੁੰਦਾ? ਅਸੀਂ ਪਖੰਡ ਸ਼ਬਦ ਵਰਤਦੇ ਬਹੁਤਾ, ਵਿਆਹ ਵੀ ਪਖੰਡ ਕਰਦਾ ਹੈ, ਉਹ ਵੀ ਪਖੰਡ ਕਰਦਾ। ਅਸਲ ਵਿੱਚ ਪਖੰਡ ਦਾ ਅਰਥ ਹੁੰਦਾ ਛਲਾਵਾ, ਵੀ ਜੋ ਸੱਚ ਨਹੀਂ ਉਹਨੂੰ ਸੱਚ ਕਰਕੇ ਵਿਖਾਉਣ ਦਾ ਯਤਨ ਕਰਨਾ। ਬੜੇ ਲੋਕ ਪਖੰਡ ਕਰਦੇ ਆ ਵੀ ਮੈਨੂੰ ਰੱਬ ਮਿਲ ਗਿਆ, ਸਾਡੇ ਪਰਿਵਾਰ ਦੇ ਫਲਾਣੇ ਮੈਂਬਰ ਤੇ ਰੱਬ ਦੀ ਕਿਰਪਾ। ਕੀ ਹੈ ਛਲਾਵਾ? ਕਿਹਨੇ ਤੁਹਾਡੀ ਕਿਰਪਾ ਵੇਖੀ ਹੈ? ਕਿਹਨੇ ਤੁਹਾਡਾ ਜੀਵਨ ਵੇਖਿਆ? ਉਹ ਤੇ ਤੁਹਾਡਾ ਮਨ ਜਾਣਦਾ ਨਾ, ਤੁਹਾਡੀਆਂ ਕਰਤੂਤਾਂ ਕੀ, ਤੁਸੀਂ ਕਦੋਂ ਕਦੋਂ ਕਿੱਥੇ ਕਿੱਥੇ ਕੀ ਕੀਤਾ। ਲੋਕਾਂ ਨੂੰ ਤੇ ਅਸੀਂ ਇਹੀ ਦੱਸਦੇ ਹਾਂ ਵੀ ਸਾਡੇ ਵਰਗਾ ਤੇ ਭਲਾ ਮਨ ਸੀ ਕੋਈ, ਅਸੀਂ ਤੇ ਕਦੇ ਕਿਸੇ ਦਾ ਬੁਰਾ ਕੀਤਾ ਹੀ ਕੋਈ ਨਹੀਂ। ਅਕਸਰ ਮੱਛੀਆਂ ਪੱਥਰ ਚੱਕ ਕੇ ਉੱਡਦੀਆਂ। ਹਰ ਸ਼ਖਸ ਦਾ ਜੀਵਨ ਐਸਾ ਹੈ, ਪਰ ਇਨਸਾਨ ਦੂਜੇ ਦੇ ਕਿਰਦਾਰ ਤੇ ਛੱਟੇ ਪਾਉਂਦਾ ਤੇ ਆਪਣੇ ਆਪ ਨੂੰ ਹਮੇਸ਼ਾ ਸਾਫ਼ ਸੁਥਰਾ ਦੱਸਦਾ। ਤੇ ਗੁਰਮਤ ਦੇ ਰਾਹ ਤੇ ਥੋੜਾ ਹੋਰ ਤਰੀਕਾ, ਗੁਰਮਤ ਦੇ ਰਾਹ ਤੇ ਚੱਲਣ ਵਾਲਾ ਕਹਿੰਦਾ ਏ ਮੈਂ ਬੁਰਾ ਹਾਂ, ਮੈਂ ਮੂਰਖ ਹਾਂ, ਮੈਂ ਅੰਨਾ ਹਾਂ, ਮੇਰੇ ਚ ਔਗਣ ਬੜੇ ਨੇ। ਗਾਂਧੀ ਤਾਂ ਕਹਿੰਦਾ, ਸੱਚੇ ਪਾਤਸ਼ਾਹ ਅੱਜ ਮੈਂ ਆਪਣਾ ਪਖੰਡ ਛੱਡਿਆ ਤੇਰੇ ਨਾਲ ਲੱਗਿਆ। ਅੱਗੇ ਅੱਖਾਂ ਖੋਲ ਕੇ ਜਾ ਕੇ ਵੇਖਦਾ ਸੀ, ਅੱਜ ਅੱਖਾਂ ਖੋਲ ਕੇ ਮੈਂ ਰੱਬ ਵੇਖਿਆ। ਸਤਨਾਮ ਸੱਚੀ, ਸਾਨੂੰ ਰੱਬ ਦਿਸਦਾ ਕਿਸੇ? ਰੱਬ ਦੇ ਘਰ ਤੇ ਲੜਾਈਆਂ, ਧਰਮ ਦੇ ਨਾਂ ਤੇ ਲੜਾਈਆਂ, ਫਰੋਤੀਆਂ, ਕੀ ਕੀ ਨਹੀਂ ਹੁੰਦਾ।
ਪਰ ਜਿਹਨੇ ਸਤ ਸੰਗਤ ਕਰ ਲਈ ਨਾ, ਜਿਹੜਾ ਗੁਰੂ ਦੀ ਸੰਗਤ ਵਿੱਚ ਬੈਠ ਗਿਆ, ਜਿਹਨੇ ਜਾਣ ਲਿਆ ਵੀ ਦੁਨੀਆਂ ਦੇ ਆ ਕਰਮ ਕਾਂਡ ਜੇ ਮਾਇਆ ਪੈਸਾ ਨਾਲ ਨਹੀਂ ਜਾਣਾ ਤੇ ਆ ਕੀਤੇ ਵਰਤਦਾਨ ਨਾਲ ਜਾਣਗੇ। ਪੁੱਛੋ ਗੁਰੂ ਸਾਹਿਬ ਨੂੰ, ਸਤਿਗੁਰੂ ਸਪਸ਼ਟ ਆਖਦੇ ਆ ਤੀਰਥ ਵਰਤੇ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਦੇ ਫਲ ਜਾਤ ਤੇ ਜਿਉਂ ਪੁੰਚਰ ਇਸ਼ਨਾਨ। ਸਤਿਗੁਰ ਕਹਿੰਦੇ ਤੇਰੇ ਦਾਨ ਪੁੰਨ ਕਮਾਏ ਧਰਮ ਹਾਥੀ ਦਾ ਨਾ ਹੋਣੀ ਹੈ। ਮਹਾਵਤਾਂ ਨੂੰ ਪੁੱਛੋ, ਹਾਥੀ ਨੂੰ ਜਿੰਨਾ ਮਰਜ਼ੀ ਧੋ ਲਓ, ਜਦੋਂ ਚਿੱਤ ਕੀਤਾ ਉਹਨੇ ਰੇਤੇ ਦੀ ਸੁੰਡ ਭਰ ਲਈ, ਉੱਪਰ ਪਾ ਲੈਣੀ, ਚਿੱਤ ਕੀਤਾ ਚਿੱਕੜ ਵਿੱਚ ਲੇਟਾ ਮਾਰ ਲੈਣਾ। ਕਹਿੰਦੇ ਤੇਰੇ ਆ ਹੋਮੇ ਦੇ ਕਰਮ ਨੇ। ਤਿਆਗ ਮੰਨ ਗਿਆ ਗੁਰੂ ਸਾਹਿਬ ਦੇ ਕੋਲੇ, ਕਹਿੰਦਾ ਸਤਿਗੁਰੂ ਜੀ ਜੀਵਨ ਭਰ ਪਖੰਡ ਕੀਤਾ ਹੈ, ਉਦੋਂ ਰੱਬ ਦੀਆਂ ਗੱਲਾਂ ਕਰਦਾ ਸੀ ਪਰ ਰੱਬ ਦਿਸਦਾ ਨਹੀਂ ਸੀ, ਅੱਜ ਰੱਬ ਦਿਸਦਾ, ਅੱਜ ਰੱਬ ਕਹਿਣ ਜੋਗਾ ਹੈ। ਨਹੀਂ ਆਖੋ ਸਤਨਾਮ, ਰੱਬ ਨੂੰ ਮਿਲਣ ਵਾਲਾ ਬਾਹਰ ਦੀ ਜ਼ੁਬਾਨ ਦੀਆਂ ਬੋਲੀਆਂ ਛੱਡ ਦਿੰਦਾ, ਉਹਨੂੰ ਜੱਗ ਦੀਆਂ ਗੱਲਾਂ ਦਾ ਅਸਰ ਹੋਣੋਂ ਹਟ ਜਾਂਦਾ। ਇਹ ਕੀ ਹੈ? ਕੁਛ ਵੀ ਨਹੀਂ ਹੈ, ਇਹ ਤੇ ਇੱਕ ਤਮਾਸ਼ਾ ਹੈ। ਤਮਾਸ਼ੇ ਨੂੰ ਕੌਣ ਸੀ ਇਸ ਰੂਪ ਸਾਡੇ ਸਾਹਮਣੇ? ਕੋਈ ਜਾਦੂਗਰ, ਜਾਦੂਗਰ ਕੋਈ ਮੈਜਿਕ ਵਿਖਾ ਰਿਹਾ, ਕਦੇ ਸੀਰੀਅਸ ਰਿਹਾ? ਨਹੀਂ ਨਾ, ਜ਼ਿੰਦਗੀ ਇੱਕ ਤਮਾਸ਼ਾ ਹੈ। ਜਦੋਂ ਸਾਹ ਬੰਦ ਹੋ ਗਿਆ ਸਭ ਕੁਝ ਹੀ ਖਤਮ ਹੋ ਜਾਂਦਾ। ਆ ਟੈਨਸ਼ਨਾਂ, ਪ੍ਰੋਬਲਮ, ਮੁਸ਼ਕਲਾਂ ਜਿਹੜੀਆਂ ਸਾਰੀ ਜ਼ਿੰਦਗੀ ਹੱਲ ਨਹੀਂ ਹੋਈਆਂ, ਇੱਕ ਸਾਹ ਰੁਕਿਆਂ ਤੋਂ ਹੱਲ ਹੋ ਜਾਂਦੀ, ਖਲਾਰੇ ਖਤਮ। ਤੇ ਗੁਰੂ ਸਾਹਿਬ ਕਹਿੰਦੇ ਜਿਉਂਦੇ ਜੀ ਕਰ ਲਾਏ ਨਾ ਹੋਰ, ਅੱਜ ਉਹ ਖਤਮ ਹੋਈਆਂ। ਤੇ ਤਪੱਸਵੀ ਗੁਰੂ ਸਾਹਿਬ ਦੇ ਚਰਨਾਂ ਤੇ ਬਾਰ ਬਾਰ ਅੱਜ ਡੰਡਾਉਤ ਕਰਦਾ ਏ, ਇਕਟ ਰਹੇ ਕਬੇ ਅਨੰਤ ਸਿਧਾਰ, ਸ੍ਰੀ ਗੁਰ ਪਗ ਪੰਕਜ ਔਰ ਧਾਰ। ਸਤਿਗੁਰੂ ਕਹਿੰਦੇ ਅੰਦਰ ਕੀ ਦੱਸਦਾ ਹੈ? ਕਹਿੰਦਾ ਸਤਿਗੁਰ ਜੀ ਜਹ ਜਹ ਵੇਖੋ ਤਹ ਹਜ਼ੂਰ ਦੂਰ ਕਰ ਹੋਣਾ ਜਾਈ, ਅੱਖ ਖੋਲ ਤਾਂ ਮੈਨੂੰ ਤੁਸੀਂ ਦਿਸਦੇ ਹੋ, ਅੱਖ ਬੰਦ ਕਰਾਂ ਨਜ਼ਰ ਤੁਸੀਂ ਆਉਂਦੇ ਹੋ। ਆਖੋ ਸਤਨਾਮ, ਇਹ ਕਿਰਪਾ ਗੁਰੂ ਦੀ ਸੰਗਤ ਵਿੱਚੋਂ ਹੋਈ ਹੈ, ਇਹ ਗੁਰੂ ਰਾਮਦਾਸ ਮਹਾਰਾਜ ਦੀ ਮਿਹਰ ਹੈ ਜੋ ਅੱਜ ਇੱਕ ਤਪੇ ਤੇ ਹੋਈ, ਜੋ ਆਪ ਮੰਨਦਾ ਹਮ ਅਵਗੁਣ ਭਰੇ ਇਹ ਗੁਣ ਨਾਹੀ। ਕਹਿੰਦਾ ਮਹਾਰਾਜ ਗੁਨਾਹ ਬੜੇ ਮੈਂ ਤੇ ਪਖੰਡ ਕਰਕੇ ਐਵੀਂ ਸੜਦਾ ਰਿਹਾ, ਈਰਖਾ ਕਰਦਾ ਰਿਹਾ, ਪਰ ਤੇਰਾ ਘਰ ਤੇ ਸ਼ਾਂਤੀ ਦਾ ਪੈਗਾਮ ਬੈਠ ਗਿਆ ਚਰਨਾਂ ਦੇ ਵਿੱਚ, ਕਿਤੇ ਜਾਣ ਨੂੰ ਚਿੱਤ ਨਹੀਂ ਕਰਦਾ। ਆਪਾ ਕੁਰਬਾਨ ਗੁਰੂ ਤੋਂ ਕਰਨਾ ਚਾਹੁੰਦਾ ਏ, ਸਿੱਖ ਦੇਸ਼ ਵਿਦੇਸ਼ ਨੇ ਆਮੇਂ, ਲੱਗੇ ਦਰ ਬਿਅਰ ਪਨਿਹਰ ਖਾਵੇ। ਸਤਿਗੁਰਾਂ ਦੇ ਚਰਨਾਂ ਦਾ ਅੰਮ੍ਰਿਤ, ਚਰਨਾ ਅੰਮ੍ਰਿਤ ਮੰਗ ਕੇ ਲਈ ਸਿੱਖ ਬਣ ਗਿਆ, ਐਸੀ ਸਿੱਖੀ ਪ੍ਰਾਪਤ ਕੀਤੀ, ਕਰਮ ਕਾਂਡ ਪਖੰਡ ਸਭ ਛੱਡ ਕੇ ਗੁਰੂ ਜੋਗਾ ਹੋ ਕੇ ਰਹਿ ਗਿਆ। ਹੁਣ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜੰਨੀਆਂ ਦੀ ਸੰਗਤਾਂ ਆਉਂਦੀਆਂ ਨੇ ਦੂਰ ਦੁਰਾਡੇ ਤੋਂ, ਸੱਖਰ, ਭੱਖਰ, ਲਾਹੌਰ, ਕਰਾਚੀ, ਦੂਰੋਂ ਦੂਰੋਂ ਅਫਗਾਨ ਦਾ ਇਲਾਕਾ, ਕਾਬਲ ਦੇ ਕੰਧਾਰ। ਕਹਿੰਦੇ ਸਿੱਖ ਚੱਲ ਕੇ ਗੋਇੰਦਵਾਲ ਸਾਹਿਬ ਆ ਰਹੇ ਆ, ਪਤਾ ਹੈ ਗੁਰੂ ਰਾਮਦਾਸ ਮਹਾਰਾਜ ਤਖਤ ਤੇ ਸੁਆਰੀ ਮਾਰਦੇ। ਹੁਣ ਗੋਇੰਦਵਾਲ ਸਾਹਿਬ ਦੇ ਵਿੱਚ ਸੰਗਤਾਂ ਦਾ ਆਉਣਾ ਜਾਣਾ ਲੱਗਾ ਹੀ ਹੈ, ਲੱਖਾਂ ਦਾ ਇਕੱਠ ਹੁੰਦਾ ਏ। ਅਮਰਦਾਸ ਇੱਕ ਦਿਨ ਕੋ ਚਲੇ ਖਰਚ ਲੇ ਤਨਕ ਧਨ ਕੋ। ਹੁਣ ਸਤਿਗੁਰਾਂ ਦੀ ਖੇਡ ਤੇ ਵਰਤਾਰੇ ਦਾ ਫਰਕ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਵੀ ਗੋਇੰਦਵਾਲ ਸਾਹਿਬ ਰਾਸ਼ਨ ਤੇ ਰਸਤਾਂ ਦੇ ਗੱਡੇ ਭਰੇ ਖੜੇ ਹੁੰਦੇ ਸੀ,
ਹਰ ਕਿੰਨਾ ਸੀ। ਗੁਰੂ ਅਮਰਦਾਸ ਮਹਾਰਾਜ ਸਿਰਫ ਓਨਾ ਕੁ ਹੀ ਲੈਂਦੇ ਸੀ ਜਿੰਨਾ ਕਿ ਇੱਕ ਦਿਨ ਵਿੱਚ ਲੰਗਰ ਵਰਤਦਾ ਸੀ। ਕੱਲ ਨਾਮ ਕਾਲ ਦਾ ਕਦੇ ਖਿਆਲ ਹੀ ਨਹੀਂ ਕੀਤਾ ਵੀ ਕੱਲ ਸਵੇਰੇ ਸੰਗਤਾਂ ਨੇ ਕੀ ਛਕਣਾ, ਦੁਪਹਿਰੇ ਕੀ ਛਕਣਾ, ਸ਼ਾਮ ਨੂੰ ਕੀ ਛਕਣਾ। ਅਸਲ ਵਿੱਚ ਜ਼ਿੰਦਗੀ 'ਚ ਸੁਖੀ ਉਹ ਰਹਿੰਦੇ ਆ ਜਿਹੜੇ ਇਸ ਚਿੰਤਾ ਤੋਂ ਮੁਕਤ ਨੇ। ਆਪਾਂ ਮੁਕਤ ਨਹੀਂ ਆ। ਆ ਭੈਣਾਂ ਇੱਥੇ ਬੈਠੀਆਂ ਕਥਾ ਸੁਣਦੀਆਂ, ਫਿਕਰ ਪਿਆ ਹੋਇਆ ਵੀ ਸ਼ਾਮ ਨੂੰ ਸਬਜ਼ੀ ਕੀ ਬਣਾਉਣੀ ਹੈ, ਕੱਲ ਦੁਪਹਿਰੇ ਰਿਸ਼ਤੇਦਾਰਾਂ ਨੇ ਆਉਣਾ ਕੀ ਬਣਾਈਏ ਹੈ। ਤੇ ਭਾਈਆਂ ਨੂੰ ਫਿਕਰ ਹੁੰਦਾ ਵੀ ਅੱਜ ਮੰਡੀ ਲੱਗੀ ਹੈ, ਸ਼ਾਮ ਦਾ ਵੇੜਾ ਹੈ, ਕਿਹੜੇ ਵੇਲੇ ਜਾਈਏ ਜਦੋਂ ਸਬਜ਼ੀ ਸਸਤੀ ਹੋ ਜਾਵੇ। ਬੈਠੇ ਸੰਗਤ 'ਚ ਇਹ ਮਨ ਦੀ ਹਾਲਤ ਹੈ ਸਾਡੇ ਸਾਰਿਆਂ ਦੀ। ਇਸ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਹੁਣ ਖੇਡ ਹੋਰ ਤਰੀਕੇ ਦੀ ਵਰਤ ਰਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਇੱਕ ਦਿਨ ਦਾ ਹੀ ਰਾਸ਼ਨ ਤੇ ਰਸ ਪ੍ਰਾਪਤ ਕਰਦੇ ਨੇ, ਉਹ ਵਰਤਾ ਦਿੰਦਾ। ਕੱਲ ਦਾ ਕਦੇ ਲਾਲਚੀ ਨਹੀਂ ਕੀਤਾ, ਨਾ ਕੋਈ ਢੋਲ ਰੱਖੇ, ਨਾ ਕੋਈ ਥਾਂ ਰੱਖੀ। ਤੇ ਇਸੇ ਕਰਕੇ ਗੁਰੂ ਕਿਸੇ ਦੇ ਗੱਡੇ ਲੈ ਕੇ ਖੜੇ ਰਹਿੰਦੇ ਸੀ, ਕਦੇ ਤੇ ਸਾਡੀ ਵਾਰੀ ਆਊਗੀ, ਕਦੇ ਤੇ ਸਤਿਗੁਰੂ ਸੇਵਾ ਪ੍ਰਵਾਨ ਕਰਨਗੇ। ਜੇ ਕੋਈ ਧੱਕੇ ਦੇ ਨਾਲ ਆ ਕੇ ਧੱਕੇਸ਼ਾਹੀ ਕਰਦਾ ਸੀ ਨਾ ਸਿੱਖਾਂ ਨਾਲ ਵੀ, ਆ ਮੇਰਾ ਰਾਸ਼ਨ ਰੱਖੋ, ਸਤਿਗੁਰੂ ਚਕਾ ਦਿੰਦੇ ਸੀ ਕਹਿੰਦੇ ਨਹੀਂ ਭਾਈ, ਇੱਥੇ ਉਹ ਹੀ ਵਰਤੇਗਾ ਜਿੰਨਾ ਕੁ ਅੱਜ ਲੋੜੀਂਦਾ ਹੈ। ਇਹਨੂੰ ਵੱਧ ਨਹੀਂ, ਨਾ ਕਿਸੇ ਦੀ ਸਿਫਾਰਿਸ਼ ਚੱਲਦੀ ਸੀ, ਨਾ ਕੋਈ ਜ਼ੋਰ ਲਾ ਸਕਦਾ ਸੀ, ਸਮੇਂ ਨਾਲ ਵਕਤ ਨਾਲ ਸਭ ਨੂੰ ਵਕਤ ਮਿਲਦਾ ਸੀ। ਗੁਰੂ ਅਮਰਦਾਸ ਮਹਾਰਾਜ ਵੇਲੇ ਕਹਿੰਦੇ ਲੰਗਰਾਂ ਦੀ ਸ਼ਕਤੀ ਬਹੁਤ ਸੀ, ਛਕੋ ਜਿੰਨਾ ਮਰਜ਼ੀ ਪਰ ਜੂਠ ਨਹੀਂ ਛੱਡਣੀ। 24 ਘੰਟੇ ਗੁਰੂ ਕੇ ਲੰਗਰ ਚੱਲਦੇ ਆ, ਪਰ ਕਦੇ ਇਹ ਨਹੀਂ ਹੋਇਆ ਵੀ ਅੱਜ ਦੀ ਸਬਜ਼ੀ ਕੱਲ੍ਹ ਵਰਤਾਈ, ਅੱਜ ਦਾ ਪ੍ਰਸ਼ਾਦਾ ਸਵੇਰੇ ਵਰਤਾ ਤਾ, ਐਸਾ ਨਹੀਂ ਸੀ। ਸਿੱਖ ਧਰਮ 'ਚੋਂ ਬਰਕਤਾਂ ਕਿਉਂ ਖਤਮ ਹੋ ਗਈਆਂ? ਇਹੀ ਕਾਰਨ। ਤੁਸੀਂ ਇਤਿਹਾਸਕ ਅਸਥਾਨਾਂ 'ਤੇ ਚਲੇ ਜਾਓ, ਰਾਤ ਦੇ ਬਚੇ ਪ੍ਰਸ਼ਾਦੇ ਸਵੇਰੇ ਅਤੇ ਸਵੇਰ ਦੇ ਸ਼ਾਮੀ, ਅਤੇ ਫਿਰ ਕਹਿੰਦੇ ਆ ਜੀ ਸਿੱਖੀ ਨਾਲ ਜੁੜਦਾ ਕੋਈ ਨਹੀਂ, ਬਰਕਤ ਨਹੀਂ ਆਉਂਦੀ। ਉਹ ਭਾਈ ਜਿੱਥੇ ਸਭ ਕੁਝ ਪੁਰਾਣਾ ਹੋਵੇ, ਪੁਰਾਣੇ ਰਹਿੰਦੇ ਨੇ ਉੱਥੇ, ਆਖਰ ਸਤਨਾਮ ਨਵਿਆਂ ਨੇ ਥੋੜ੍ਹਾ। ਜਿੱਥੇ ਅੰਨ ਦਾ ਸਤਿਕਾਰ ਨਹੀਂ, ਜਿੱਥੇ ਅਨਾਜ ਦੀ ਰਿਸਪੈਕਟ ਨਹੀਂ, ਉੱਥੇ ਕੀ ਹੋਵੇਗਾ? ਧੰਨ ਗੁਰੂ ਅਮਰਦਾਸ ਮਹਾਰਾਜ ਸਖ਼ਤ ਹੁਕਮ ਕਰਦੇ ਸੀ ਸ਼ਾਮ ਦੇ ਵੇਲੇ, ਜੇ ਭੋਜਨ ਵੱਧ ਜਾਣਾ ਸਾਹਿਬ ਕਹਿੰਦੇ ਇਹਨੂੰ ਦਰਿਆ ਸੁੱਟ ਕੇ ਆਓ, ਦਾਵਾ ਬੱਚਾ ਨੂੰ ਪਾ ਦਿੱਤਾ ਜਾਵੇ। ਕਦੇ ਵੀ ਕੋਈ ਸਿੱਖ ਸਤਿਗੁਰਾਂ ਤੋਂ ਚੋਰੀ ਇੱਕ ਕੌਲੀ ਵੀ ਲਾਲ ਨਹੀਂ ਰੱਖ ਸਕਦਾ। ਇੰਨੀ ਸ਼ਕਤੀ ਦਾ ਪਹਿਰਾ ਗੁਰੂ ਅਮਰਦਾਸ ਮਹਾਰਾਜ ਰੱਖਦੇ ਸਨ। ਸੰਚੈ ਕਰਿਓ ਨ ਘਰ ਮਹਿ ਤੋ, ਇੱਕ ਦਿਵਸ ਭੋਜਨ ਹੋਏ ਜੇਤੋ। ਇੱਕ ਦਿਨ ਤੋਂ ਬਾਅਦ ਗੁਰੂ ਕੇ ਸਿੱਖ ਵੀ ਨਹੀਂ ਰੱਖਦੇ, ਜੋ ਅੱਜ ਚਾਹੀਦਾ ਉਹ ਅੱਜ ਹੀ ਲੈਣਾ। ਸਵੇਰ ਦਾ ਭੋਜਨ ਸਵੇਰੇ ਵੇਖੀ ਜਾਏ, ਬੜੇ ਗੱਲਾਂ ਕਰਦੇ ਸੀ, ਕਹਿੰਦੇ ਜੀ ਆਹ ਤੇ ਚਿੰਤਾ ਵਾਲੇ ਕੰਮ ਹੈ, ਜੇ ਕਾਹਨੂੰ ਕੁਛ ਹੋਵੇ, ਕੋਈ ਲੈ ਕੇ ਨਾ ਆਵੇ। ਹੱਸ ਪੈਂਦੇ ਸੀ ਗੁਰੂ ਅਮਰਦਾਸ ਮਹਾਰਾਜ, ਕਹਿੰਦੇ ਜਿਹਦੇ ਰੋਜੀ ਦੇਣੀ, ਜਿਹਦੇ ਕਰਮਾਂ ਵਿੱਚ ਲਿਖਿਆ ਉਹਨੂੰ ਹਰ ਹਾਲ 'ਚ ਮਿਲ ਜਾਣਾ ਕੋ ਸਤਨਾਮ। ਬਾਣੀ ਲਿਖਦੀ ਨਾ ਜਹਾਂ ਦਾਣੇ ਤਾਹਾਂ ਖਾਣੇ, ਨਾਨਕ ਦਾ ਸਾਚੇ। ਇਹ ਤੇ ਦਾਣੇ ਦਾਣੇ ਤੇ ਮੋਹਰ ਲੱਗੀ, ਕੌਣ ਕਿਸੇ ਦੇ ਖਾਂਦਾ ਤੇ ਕੌਣ ਕਿਹਨੂੰ ਖਵਾਉਂਦਾ। ਇੱਕ ਪਾਣੀ ਦੀ ਘੁੱਟ ਵੀ ਬੰਦਾ ਚਾਹੇ ਕਿਸੇ ਨੂੰ ਪਿਲਾ ਨਹੀਂ ਸਕਦਾ, ਹਰ ਬੰਦਾ ਆਪਣੇ ਕਰਮਾਂ ਦਾ ਖਾਂਦਾ ਹੈ, ਰੱਬ ਨੇ ਚੁੱਪ ਲਾਈ ਹੈ। ਤੇ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਸੁਣ ਕੇ ਸਿੱਖ ਚੁੱਪ ਹੋ ਜਾਂਦੇ ਨੇ ਵੀ ਸਤਿਗੁਰਾਂ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਣਾ। ਆਏ ਨਿਤਾ ਪ੍ਰਤੇ ਹੋਏ ਗੁਜਰਾਨਾ,
ਆਪਣੇ ਸਰੀਰ ਦੇ ਰਹਿੰਦਿਆਂ ਤੱਕ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹ ਮਰਿਆਦਾ ਪੂਰੀ ਰੱਖੀ ਹੈ। ਇੱਕ ਦਿਨ ਵੀ ਐਸਾ ਨਹੀਂ ਹੋਇਆ ਵੀ ਕਦੇ ਲੰਗਰ ਵਿੱਚ ਤੋਲਾ ਆਇਆ ਹੋਵੇ, ਕਦੇ ਘਾਟ ਪਈ ਹੋਵੇ, ਕਦੇ ਯੁੱਧ ਲੜਾਈ ਹੋਈ ਹੋਵੇ। ਸਿੱਖਾਂ ਸ਼ਕਤੀ ਬਹੁਤ ਸੀ, ਆਪਣੇ ਸਰੀਰ ਦੇ ਰਹਿਣ ਤੱਕ ਗੁਰੂ ਅਮਰਦਾਸ ਮਹਾਰਾਜ ਦੀ ਖੇਡ ਵਰਤਾਉਂਦੇ ਰਹੇ। ਪਰ ਹੁਣ ਉਹ ਖੇਡਾਂ ਉਹ ਵਰਤਾਰੇ ਬਦਲਣ ਲੱਗੇ ਕਿ ਸਤਿਗੁਰਾਂ ਦਾ ਹੋਰ ਸੀ, ਇਹ ਮੌਲ ਸੀ ਸੱਚੇ ਪਾਤਸ਼ਾਹ ਦੀ। ਪਹਿਲੇ ਪਾਤਸ਼ਾਹ ਤੋਂ ਲੈ ਕੇ ਤੀਜੇ ਪਾਤਸ਼ਾਹ ਤੱਕ ਸਤਿਗੁਰੂ ਜੀ ਬਹੁਤ ਘੱਟ ਬਸਤਰ ਰੱਖਦੇ ਸੀ ਆਪਣੇ ਕੋਲ, ਤੁਸੀਂ ਸੁਣਿਆ ਸੀ, ਭੋਜਨ ਵੀ ਬਹੁਤ ਘੱਟ ਛਕਦੇ ਸੀ। ਹੁਣ ਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਦੇ ਬੈਠ ਗਿਆ, ਖੇਡਾਂ ਵਰਤਣ ਲੱਗੀਆਂ ਨੇ। ਚਤੁਰਥ ਪਾਤਸ਼ਾਹ ਗੁਣ ਖਾਨੇ ਸੇਵਾ ਲਖਮੀ ਕਿੰਨਾ ਮਹਾਨੇ। ਹੁਣ ਚੌਥੇ ਪਾਤਸ਼ਾਹ ਜੀ ਦੇ ਵੇਲੇ ਇਹ ਬੰਦਿਸ਼ ਖੋਲ ਦਿੱਤੀ ਗਈ ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ ਚੱਲਦੀ ਸੀ ਵੀ ਇੱਕ ਦਿਨ ਦਾ ਹੀ ਭੋਜਨ ਅਕਸੈਪਟ ਕੀਤਾ ਜਾਏ, ਜਿੰਨਾ ਵਰਤੇ ਉਨਾ ਹੀ ਲੈਣਾ। ਹੁਣ ਗੁਰੂ ਰਾਮਦਾਸ ਮਹਾਰਾਜ ਵੇਲੇ ਬੰਦਿਸ਼ ਕਿਉਂ ਖੋਲੀ? ਕਿਉਂਕਿ ਚੌਥੇ ਪਾਤਸ਼ਾਹ ਨੂੰ ਹੁਕਮ ਕੀਤਾ ਸੀ ਵੀ ਲਕਸ਼ਮੀ ਮਾਇਆ ਤੁਹਾਡੇ ਦਰਵਾਜ਼ੇ ਤੇ ਆਏਗੀ, ਤੁਸੀਂ ਇਹਨੂੰ ਪ੍ਰਵਾਨ ਕਰਨਾ। ਹੁਣ ਵੇਖੋ ਸਿੱਧੀ ਗੱਲ ਹੈ ਜੀ, ਮਾਇਆ ਇੱਕ ਗਰੀਬ ਕੋਲ ਆ ਜੇ ਔਕਾਤ ਵਿਖਾ ਦਿੰਦਾ, ਮਾਇਆ ਮਾਇਆ ਧਾਰੀ ਕੋਲ ਆ ਜੇ ਜਾਤ ਵਿਖਾ ਜਾਂਦਾ। ਸਤਨਾਮ ਸਪਸ਼ਟ ਗੱਲਾਂ ਨੇ, ਮਾਇਆ ਸੁੱਟ ਕੇ ਵੇਖੋ, ਬੱਚਿਆਂ ਅੱਗੇ ਮਾਇਆ ਖੁੱਲੀ ਰੱਖ ਕੇ ਵੇਖੋ, ਦੱਸ ਦੇਣਗੇ ਤੁਹਾਨੂੰ ਕਿੰਨਾ ਕੁ ਪਿਆਰ ਕਰੋ। ਪਰਿਵਾਰ ਦੇ ਮੈਂਬਰਾਂ ਨੂੰ ਲੋੜ ਤੋਂ ਵੱਧ ਮਾਇਆ ਦੇ ਕੇ ਦੇਖੋ, ਇੱਥੇ ਪਤਾ ਲੱਗ ਜਾਣਾ ਤੁਹਾਡਾ ਕੌਣ ਆ ਤੇ ਕਿਸੇ ਦਾ ਕੌਣ। ਮਾਇਆ ਜਿੱਥੇ ਜਾਏਗੀ ਇਹਨੇ ਕੁਆਰੇ ਪਾਉਣਾ ਹੀ ਪਾਉਣਾ। ਅੱਜ ਧਰਮਾਂ 'ਚ ਲੜਾਈਆਂ ਕਾਹਦੀਆਂ, ਮੰਦਰ ਚਲੇ ਜਾਓ ਦਾਨ ਪੇਟੀ ਦਾ ਰੌਲਾ, ਗੁਰੂ ਘਰਾਂ 'ਚ ਪੱਗਾਂ ਲੱਥਦੀਆਂ ਗੋਲਕਾਂ ਦਾ ਰੌਲਾ, ਮਸੀਤਾਂ ਵਿੱਚ ਚਲੇ ਜਾਓ ਮਾਇਆ ਦਾ ਰੌਲਾ। ਕਿਉਂ? ਗੁਰੂ ਰਾਮਦਾਸ ਮਹਾਰਾਜ ਨੇ ਉਸ ਮਾਇਆ ਨੂੰ, ਉਸ ਲਕਸ਼ਮੀ ਨੂੰ ਆਪਣੇ ਦਰਵਾਜ਼ੇ ਤੋਂ ਅੰਦਰ ਆਉਣ ਦੀ ਆਗਿਆ ਦਿੱਤੀ ਹੈ। ਗੁਰਨ ਕੋ ਜਾ ਚਿਤ ਰਹੀ ਤਉ ਸਮੀਪ ਕਰਮ ਕਹੀ ਕਿਮ ਨਹੀਂ। ਪਰ ਇਹ ਮਾਇਆ ਵੀ ਬੜਾ ਜ਼ੋਰ ਲਾਉਂਦੀ ਸੀ, ਗੁਰੂ ਨਾਨਕ ਸਾਹਿਬ ਅੱਗੇ ਅਰਦਾਸਾਂ ਕਰਦੀ ਸੀ, ਸਤਿਗੁਰੂ ਮੈਨੂੰ ਪ੍ਰਵਾਨ ਕਰ ਲਓ। ਗੁਰੂ ਨਾਨਕ ਸਾਹਿਬ ਜੀ ਨੇ ਸਾਰਾ ਜੀਵਨ ਆਪਣੇ ਕੁੜਤੇ ਨੂੰ ਕਦੇ ਜੇਬ ਨਹੀਂ ਲਾ ਕੇ ਰੱਖੀ। ਕਦੇ ਸੁਣਿਆ ਅੱਜ ਤੱਕ ਵੀ ਗੁਰੂ ਨਾਨਕ ਸਾਹਿਬ ਕੋਲ ਇੰਨੀ ਮਾਇਆ? ਇੱਕ ਦਿਨ ਬਾਪੂ ਜੀ ਨੇ 20 ਰੁਪਏ ਫੜਾਏ ਸੀ, ਉਸ ਵਕਤ ਦੇ ਰੱਖਦੇ ਚਲੇ ਰੱਖੇ ਨੀ ਕਦੇ। ਗੁਰੂ ਨਾਨਕ ਸਾਹਿਬ ਨੂੰ ਆਖਦੀ ਸੀ ਮਹਾਰਾਜ ਪ੍ਰਵਾਨ ਕਰੋ 12 ਕੋ, ਸਤਿਗੁਰਾਂ ਤੋਂ ਦੂਰ ਸੀ ਗੁਰੂ ਨਾਨਕ ਪਾਤਸ਼ਾਹ। ਦੂਜੇ ਪਾਤਸ਼ਾਹ ਜੀ ਦੇ ਵੇਲੇ 6 ਕੋ ਆ ਗਈ, ਤੀਜੇ ਪਾਤਸ਼ਾਹ ਜੀ ਦੇ ਵੇਲੇ ਦਰਵਾਜ਼ੇ ਤੇ ਆ ਗਈ, ਤੇ ਹੁਕਮ ਮਰਦ ਨੇ ਕੀਤਾ ਸੀ ਕਿ 3 ਰੂਪਾਂ 'ਚ ਤੈਨੂੰ ਪ੍ਰਵਾਨ ਨਹੀਂ ਕਰਾਂਗੇ, ਚੌਥੇ ਰੂਪ ਵਿੱਚ ਤੂੰ ਆ ਗਈ ਤੈਨੂੰ ਸੇਵਾ ਲਵਾਂਗੇ। ਆਖੋ ਸਤਨਾਮ ਆ ਗਿਆ। ਉਸ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਮਾਇਆ ਪ੍ਰਵੇਸ਼ ਹੋਈ ਹੈ। ਬਲੇ ਜੋ ਦਾਇ ਹੋ ਵੈਸੇ ਜਾਚਨ ਲਖਮੀ ਕੋ ਲਖ ਤੈਸੇ। ਰਾਮਦਾਸ ਪਾਤਸ਼ਾਹ ਨੇ ਮਾਇਆ ਤੇ ਤਰਸ ਕੀਤਾ, ਵੱਡੇ ਯੋਧੇ ਸੀ ਜਿਨ੍ਹਾਂ ਨੇ ਇਸ ਮਾਇਆ ਨੂੰ ਪ੍ਰਵਾਨ ਕੀਤਾ। ਵੇਖੋ ਮਾਇਆ ਸਿਰਫ ਇੱਕ ਗੁਜ਼ਰਾਨ ਹੈ, ਗੁਜ਼ਾਰਾ ਇਹ ਮਾਇਆ, ਇਹ ਤੋਂ ਵੱਧ ਕੇ ਕੁਛ ਨਹੀਂ, ਇਹ ਤੋਂ ਵੱਧ ਲੜਾਈਆਂ ਹੀ ਨੇ। ਜਿੰਨੀ ਕੁ ਮਾਇਆ ਇੱਕ ਆਮ ਬੰਦੇ ਕੋਲੇ ਹੈ, ਕੁੱਲੀ ਗੁੱਲੀ ਜੁੱਲੀ ਚੱਲਦੀ ਰਹੇ ਤੇ ਜ਼ਿੰਦਗੀ ਬਹੁਤ ਸੋਹਣੀ ਹੈ। ਜਿੱਦਣ ਇਹ ਵੱਧ ਆ ਗਈ ਚਿੰਤਾ ਲਾ ਕੇ ਰੱਖੂਗੀ, ਹੁਣ ਟੈਕਸ ਨਹੀਂ ਮੁੜਿਆ, ਭਰਿਆ ਵੀ
ਅੱਗੇ ਪੈਸੇ ਇੱਥੋਂ ਆਉਣੇ ਸੀ, ਇੱਥੋਂ ਇੰਨੀ ਸੇਵ ਹੋ ਸਕਦੇ ਸੀ, ਹਰ ਵੇਲੇ ਕੈਲਕੂਲੇਸ਼ਨ ਚੱਲਦੀ ਰਹਿੰਦੀ। ਜਦੋਂ ਤੱਕ ਮੌਤ ਨਹੀਂ ਆਉਂਦੀ ਇਹੀ ਕੁਝ ਚੱਲੀ ਜਾਂਦਾ। ਬੰਦਾ ਆਇਆ ਜਦ ਵੀ ਜਿਉਣ ਸੀ, ਪਰ ਮਾਇਆ ਸੰਭਾਲਦਾ ਠੀਕ ਆ, ਸੰਭਾਲਦਾ ਤੇ ਤਾਂ ਜੇ ਨਾਲ ਲੈ ਕੇ ਜਾਣੀ ਹੁੰਦੀ ਜਾਣੀ ਤੇ ਹੈ ਹੀ। ਮਤਲਬ ਕੀ ਹੈ, ਜੋ ਕੁਝ ਤੁਹਾਡੇ ਕੋਲੇ ਹੈ ਉਹਨੂੰ ਖਾਓ ਪੀਓ ਹੰਢਾਓ ਤੇ ਵਰਤੋ। ਕੱਲ ਨਾਮ ਕਾਲਦਾ ਹੈ, ਤੁਹਾਡਾ ਕਮਾਇਆ ਹੋ ਸਕਦਾ ਹੈ ਤੁਹਾਡੀ ਔਲਾਦ ਦੇ ਵੀ ਕੰਮ ਨਾ ਹੋਵੇ। ਆਖੋ ਸਤਨਾਮ ਹੁੰਦਾ ਜੀ, ਬੜੀ ਬੱਚਿਆਂ ਦੇ ਕੰਮ ਨਹੀਂ ਹੁੰਦਾ। ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਜਿਸ ਦਿਨ ਤੋਂ ਇਹਦੇ ਪੈਰ ਧਰਿਆ, ਰੰਗ ਵਿਖਾਉਣ ਲੱਗ ਗਈ, ਵਿਖਾਉਂਦੀ ਹੈ। ਭਗਤਾਂ ਨੇ ਕਿਉਂ ਗੁਰੂ ਰੱਖਿਆ? ਗੁਰੂ ਸਾਹਿਬ ਨੇ ਵਾਰ ਵਾਰ ਕਿਹਾ, ਗੁਰੂ ਹਰਗੋਬਿੰਦ ਸਾਹਿਬ ਨੇ ਵੀ ਬਚਨ ਕੀਤਾ ਸੀ ਹਰਗੋਬਿੰਦਪੁਰ ਦੀ ਧਰਤੀ ਤੇ, ਕਹਿੰਦੇ ਭਾਈ ਮਾਇਆ ਕੇਵਲ ਗੁਜਰਾਨ ਹੈ, ਇਹਨੂੰ ਸਿਰ ਦਾ ਤਾਜ ਨਾ ਬਣਾ ਲਿਓ, ਇਹਨੂੰ ਵਰਤਣ ਵਾਸਤੇ ਰੱਖਿਓ, ਲੱਖਾਂ ਵਰਤੋ ਕਰੋੜਾਂ ਵਰਤੋ, ਇਹਦਾ ਮਾਣ ਨਾ ਕਰਿਓ। ਮਿੱਤ ਨੀ ਕਿਸੇ ਦੀ, ਨਾ ਅੱਜ ਸੀ ਨਾ ਕੱਲ ਸੀ, ਅਲੈਗਜ਼ੈਂਡਰ ਜਿਵੇਂ ਸਿਕੰਦਰ ਵਿਕ ਗਿਆ, 75% ਦੁਨੀਆਂ ਨੂੰ ਵਿਕ ਗਿਆ, ਅਜਿਪਟ ਤੋਂ ਚੱਲਿਆ, ਗ੍ਰੀਸ ਜਨਾਨ ਤੋਂ ਚੱਲਿਆ, ਸਭ ਕੁਝ ਜਿੱਤ ਕੇ 35 ਵਰ੍ਹਿਆਂ ਦੀ ਉਮਰ ਦੇ ਵਿੱਚ ਕੁਛ ਬੜਾ ਸੀ, 32-35 ਕਹਿੰਦਾ ਮੈਂ ਦੁਨੀਆਂ ਜਿੱਤ ਲਈ, ਪਰ ਜਾਂਦਾ ਜਨਾਜੇ ਤੋਂ ਹੱਥ ਖਾਲੀ ਲਟਕਾ ਕੇ ਗਿਆ, ਦੱਸ ਕੇ ਗਿਆ ਜੀਵਨ ਮੈਂ ਜਵਾਨੀ ਇਸ ਮਾਇਆ ਨੂੰ ਇਕੱਠੇ ਕਰਨ ਤੇ ਲਾਈ, ਚੱਲਿਆ ਇੱਕ ਸਿੱਕਾ ਵੀ ਨਾਲ ਨਹੀਂ। ਆਖੋ ਸਤਨਾਮ। ਬੜਾ ਕੁਝ ਸਮਝਾਇਆ ਪਰ ਨਹੀਂ, ਇਹਦਾ ਸੁਭਾਅ ਐਸਾ ਏ ਕਿ ਜੇ ਬਚਾ ਦੇ ਮਨ ਬੇਈਮਾਨ ਕਰ ਦਿੰਦੀ ਹੈ। ਤੁਹਾਨੂੰ ਕਿਤੋਂ 1,000 ਰੁਪਇਆ 5,000 ਮੁਫ਼ਤ ਚ ਬਣਦਾ ਹੋਵੇ, ਸੱਚੀ ਮਨ ਉਹਦੇ ਬਦਲ ਜਾਂਦਾ, ਕਹਿੰਦਾ ਮੈਂ ਇਹਨੂੰ ਨਾਲ ਦੇ ਲੂ ਕੀ ਲੈਣਾ, ਤੈਨੂੰ ਬਣਦੇ ਚਾਹ ਕਰ, ਅਸੀਂ ਕੀ ਲੈਣਾ ਕਿਸੇ ਤੋਂ, ਇਹ ਸੁਭਾਅ ਮਾਇਆ। ਫਿਰ ਗੁਰੂ ਰਾਮਦਾਸ ਮਹਾਰਾਜ ਨੇ ਇਹਨੂੰ ਹੁਕਮ ਕਰਤਾ ਵੀ ਆ ਜਾ ਭਾਈ ਦਰਬਾਰ ਚ ਪ੍ਰਵੇਸ਼। ਆਉਣ ਦਾ ਭਾਵ ਕੀ ਸੀ? ਸਿੱਖ ਸੰਗਤਾਂ ਨੇ ਮਾਇਆ ਦੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ, ਸੋਨਾ ਚਾਂਦੀ ਹੀਰੇ ਮੋਤੀ ਕੀਮਤੀ ਵਸਤਰ ਪਹਿਰਾਵੇ ਸਿੱਖ ਸੰਗਤਾਂ ਭੇਟ ਕਰਦੀਆਂ ਨੇ। ਅੰਗੀਕਾਰ ਕਰੀ ਤਬਿਆਈ ਅਰਪਿਆਨ ਸਿੱਖੇ ਸੰਬੰਧਾਈ। ਗੁਰੂ ਰਾਮਦਾਸ ਮਹਾਰਾਜ ਉਹ ਕੀਮਤੀ ਦੁਸ਼ਾਲਿਆਂ ਨੂੰ ਪ੍ਰਵਾਨ ਕਰਦੇ ਨੇ, ਚਰਨਾਂ ਵਿੱਚ ਮਾਇਆ ਦਾ ਢੇਰ ਲੱਗ ਜਾਂਦਾ, ਮਹਿੰਗੇ ਮਹਿੰਗੇ ਖੀਨ ਖਾਬ ਦੇ ਕੱਪੜੇ। ਗੁਰੂ ਸਾਹਿਬ ਨੂੰ ਸਿੱਖ ਭੇਟਾ ਕਰ, ਸੋਹਣਾ ਖੱਦਰ ਭੇਟਾ ਕਰ ਤੇ ਪ੍ਰੇਮ ਨਾਲ ਕਰਦੇ ਨੇ, ਸੋਨੇ ਦੀਆਂ ਮੋਹਰਾਂ ਚਾਂਦੀ ਦੇ ਸਿੱਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਢੇਰੀ ਲੱਗ ਜਾਂਦੀ ਹੈ, ਗੱਲਾਂ ਹੋਣ ਲੱਗ ਪਈਆਂ, ਕਹਿੰਦੇ ਬੜੀ ਮਾਇਆ ਗੁਰੂ ਘਰ ਹੁੰਦੀ ਹੈ। ਅੱਜ ਕੱਲ੍ਹ ਰੌਲਾ ਕੀ ਹੈ, ਮਾਫ਼ ਕਰਿਓ ਕਹਿਣ ਦੇ ਬੋਲਾ ਸੱਚ ਹੈ, ਅੱਜ ਸਿੱਖ ਦੀ ਸ਼ਰਧਾ ਵੀ ਵੱਡਾ ਗੁਰਦੁਆਰਾ ਵੇਖ ਕੇ ਬਣਦੀ ਹੈ। ਮੈਂ ਫਿਰ ਮਾਫ਼ ਕਰਦਾ, ਬਿਲਡਿੰਗ ਦੇ ਰੂਪ ਚ ਗੁਰੂ ਘਰ ਛੋਟਾ ਹੋਵੇ, ਕੋਈ ਮੱਥਾ ਟੇਕਣ ਨਹੀਂ ਜਾਂਦਾ, ਜਿਹੜੇ ਗੁਰਦੁਆਰੇ ਵਿੱਚ ਚੰਗਾ ਚੋਖਾ ਚੜਾਵਾ ਚੜਨਾ ਹੋਵੇ, ਜਿੱਥੇ ਸੋਹਣਾ ਲਗਜ਼ਰੀ ਦਾ ਸਿਸਟਮ ਹੋਵੇ, ਤੇ ਸੱਚੀ ਗੱਲ ਹੈ ਜੀ, ਉੱਥੇ ਛੋਟੇ ਗੁਰਦੁਆਰੇ ਚ ਬੰਦਾ 10 ਰੁਪਏ ਦਾ ਮੱਥਾ ਟੇਕਦਾ ਤੇ ਉੱਥੇ 500 ਦਾ ਨੋਟ ਕੱਢਦਾ, ਵੱਡੀ ਮਾਇਆ ਵੱਡੀ ਸ਼ਰਧਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਾ ਕਿਤੇ ਇੱਕੋ। ਇਹ ਪੈਰਾਮੀਟਰ ਕਿਉਂ ਬਦਲਿਆ? ਮਾਇਆ ਦਾ ਦਿਖਾਵਾ ਏ, ਮਾਇਆ ਦਾ ਛਲਾਵਾ ਏ। ਅੱਜ ਵੀ ਲੋਕੀ ਭੱਜੇ ਫਿਰਦੇ ਫਲਾਣੇ ਗੁਰਦੁਆਰੇ ਸਾਰੇ ਚੰਗੇ ਹੋਵੇ, ਗੁਰੂ ਘਰ ਕੋਲ ਮਾੜੇ, ਮਾੜੇ ਅਸੀਂ ਆ, ਮਾੜੇ ਸਾਡੇ ਘਰ। ਗੁਰੂ ਨਾਨਕ ਦਾ ਘਰ ਤੇ ਸਦਾ ਪੂਜਨੀਕ ਹੈ, ਉਹ ਭਾਵੇਂ ਜੰਗਲ ਦੀ ਕੁਟੀਆ ਚ ਸਤਿਗੁਰ ਬੈਠੇ ਹੋਣ, ਉਹ ਵੀ ਪਾਕ ਪਵਿੱਤਰ ਹੈ, ਨਮਸਕਾਰ ਯੋਗ ਹੈ। ਬਸ ਇੱਕ ਮਾਇਆ ਵੇਖ ਵੇਖ ਅਡੰਬਰ ਵੇਖ ਬੰਦਾ ਭੱਜਿਆ ਜਾਂਦਾ, ਉੱਥੇ ਦੇਖ ਲਵਾਂਗੇ ਕਿਉਂਕਿ ਵੱਡਾ ਹੈ, ਉਹ ਫਲਾਣੇ ਥਾਂ ਤੇ ਅਸੀਂ ਆ ਸੇਵਾ ਕਰਾਂਗੇ ਕਿਉਂਕਿ ਦਿਸਦੀ ਆ ਉੱਥੇ। ਇਹ ਕੀ ਹੈ?
ਇਹ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਆਈ ਮਾਇਆ ਅੱਜ ਵੀ ਕਲਾ ਵਰਤਾਉਂਦੀ ਹੈ। ਸਾਨੂੰ ਸਮਝ ਹੀ ਨਹੀਂ ਆਉਂਦਾ ਸੀ ਕਰ ਕੀ ਰਹੇ ਆਪ ਹੀ ਹੋਈ ਜਾ ਰਹੇ ਸਨ। ਹੁਣ ਗੁਰੂ ਘਰ ਦੇ ਵਿੱਚ ਮਾਇਆ ਨੇ ਪ੍ਰਵੇਸ਼ ਤਾਂ ਕੀਤੀ, ਸਿੱਖ ਸੰਗਤਾਂ ਆਨੰਦ ਚ ਨੇ, ਪਰ ਕਈਆਂ ਦੇ ਮਨਾਂ ਚ ਖਿਆਲ ਆਉਣ ਲੱਗ ਗਏ ਵੀ ਕਦੇ ਸਤਿਗੁਰੂ ਸਾਡੇ ਤੇ ਕਿਰਪਾ ਕਰਨਗੇ, ਆ ਢੇਰੀ ਮਾਇਆ ਦੀ ਸਾਨੂੰ ਦੇਣ ਸਤਨਾਮ। ਮਾਇਆ ਨੂੰ ਵੇਖ ਵੇਖ ਮਨ ਚ ਫੁਰਨੇ ਆਉਂਦੇ ਆ ਵੀ ਆ ਕੱਪੜਾ ਬੜਾ ਮਹਿੰਗਾ, ਜੇ ਮਰਦ ਬਖਸ਼ਿਸ਼ ਕਰ ਦੇਣ ਦੇ ਦਿੰਦੇ ਆ ਗੁਰੂ ਸਾਹਿਬ ਅੰਦਰ ਦਾ ਫੁਰਨਾ ਵੇਖ, ਪਰ ਆਏ ਸੀ ਗੁਰੂ ਨੂੰ ਲੈਣ, ਮੰਗੀ ਕੀ ਫਿਰਦੇ ਆ। ਜੀਵਨ ਮਿਲਿਆ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅੰਨ ਲਾਲਚ ਬਿਰਥਾ ਜਨਮ ਪੁਰਾਣੀ। ਜੀਵਨ ਤੇ ਮਿਲਿਆ ਗੁਰੂ ਗੁਰੂ ਜਪਣ ਵਾਸਤੇ ਤੇ ਬੰਦਾ ਕੀ ਇਕੱਠੇ ਕਰਦਾ ਫਿਰਦਾ। ਲੈ ਕਿਸੇ ਬੰਦੇ ਨੂੰ ਵੇਖ ਲਓ, ਕੱਪੜੇ ਦਾ ਮਤਲਬ ਹੁੰਦਾ ਤਾਂ ਡਰਨਾ, ਜਿਹਦੇ ਕੋਲ ਇੱਕ ਕੱਪੜਾ ਛੱਡ ਕੇ ਚਾਰ ਕੱਪੜੇ ਹੁਣ ਉਡਾਦਾ ਯਾਰ। ਸਾਡੀਆਂ ਤੇ ਅਲਮਾਰੀਆਂ ਭਰੀਆਂ ਪਈਆਂ ਤੇ ਅਸੀਂ ਵਿਰੋਂ ਦੇ ਜਿਹਨੂੰ ਮਰਜ਼ੀ ਪੁੱਛ ਲਾ। ਅੱਜ ਤੁਹਾਨੂੰ ਕੋਈ ਕਹਿ ਦੇ ਵੀ ਪਰਸੋਂ ਵਿਆਹ ਹੈ, ਖਲਾਰਾ ਪਾ ਲੈਣਾ ਘਰੇ ਲੈ, ਕੱਪੜੇ ਤੇ ਹੈ ਨਹੀਂ, ਬੈੱਡ ਭਰੇ ਪਏ, ਅਲਮਾਰੀਆਂ ਭਰੀਆਂ ਨੇ, ਰੱਖਣ ਨੂੰ ਥਾਂ ਹੈ ਨੀ, ਦੇਣ ਨੂੰ ਜਿਗੜਾ ਹੈ ਨੀ ਕਿਸੇ ਨੂੰ, ਫਿਰ ਹਰ ਕੀ ਪਾਵਾਂਗੇ, ਬਿਰਤੀ ਕਿੱਥੇ ਖੜੀ। ਫਿਰ ਬੰਦਾ ਕਹਿੰਦਾ ਰੱਬ ਨਹੀਂ ਮਿਲਦਾ, ਬਰਕਤ ਨਹੀਂ ਮਿਲਦੀ, ਆਨੰਦ ਨਹੀਂ ਮਿਲਦਾ, ਨਹੀਂ ਮਿਲਣਾ, ਉਹ ਤੈਨੂੰ ਰੱਬ ਨੇ ਮਾਇਆ ਉਲਝਾ ਕੇ ਰੱਖਿਆ, ਉਲਝਿਆ ਰਹਿਆ ਸਤਨਾਮ ਇਸੇ ਜੋਗਾ ਵੀ ਡਿਜ਼ਰਵ ਕਰਦਾ। ਰੱਬ ਦਾ ਕਸੂਰ ਨਹੀਂ ਹੈ, ਤੇਰੀ ਬਿਰਤੀ ਇੱਥੇ ਖੜੀ ਹੈ। ਦੀ ਦੁਨੀਆਂ ਦੇ ਪਾਤਸ਼ਾਹ ਨੇ ਵੇਖਿਆ ਵੀ ਜਿੱਦਣ ਦੀ ਮਾਇਆ ਗੁਰੂ ਘਰ ਚ ਪ੍ਰਵੇਸ਼ ਹੋਈ ਹੈ, ਸਿੱਖ ਕਈਆਂ ਦੇ ਮਨ ਬਦਲਦੇ ਵੀ ਮਰਜ਼ ਮੈਨੂੰ ਮਾਇਆ ਦੇ ਦੇਣ ਮੈਂ ਵੱਡਾ ਘਰ ਬਣਾ। ਪਹਿਲਾਂ ਕੀ ਮੰਗਦੇ ਸੀ, ਗੁਰੂ ਚਾਹੀਦਾ, ਸਤਿਗੁਰ ਤੇਰੇ ਚਰਨ ਚਾਹੀਦੇ, ਸੱਚੇ ਪਾਤਸ਼ਾਹ ਤੇਰਾ ਨਾਮ ਚਾਹੀਦਾ। ਕੁਛ ਕਿਤੇ ਅਸਰ ਹੋਣ ਲੱਗਿਆ ਸਾਰਿਆਂ ਦੇ, ਬੜੇ ਤੇ ਮਰਦੀ ਬੜੇ ਸਿੱਖ ਨੇ ਗੁਰੂ ਦੇ ਪਿਆਰ। ਮਾਇਆ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕੀਤਾ ਏ, ਮਾਇਆ ਮਿਹੀ ਅਲੀ ਪੁਨਿਤ ਐਸੇ, ਜਲ ਕਨ ਕਮਲ ਛੁਵੇ ਨਹਿ ਜੈਸੇ। ਗੁਰੂ ਸਾਹਿਬ ਦੇ ਦਰ ਤੇ ਮਾਇਆ ਦੇ ਢੇਰ ਲੱਗੇ, ਪਰ ਗੁਰੂ ਰਾਮਦਾਸ ਮਾਰਗ ਦੇ ਮਾਨੇ ਉੱਤੇ ਇੱਕ ਸੂਈ ਦੇ ਨੱਕੇ ਜਿੰਨਾ ਵੀ ਮਾਇਆ ਦਾ ਪ੍ਰਭਾਵ ਨਹੀਂ। ਜਿਵੇਂ ਕਮਲ ਦਾ ਫੁੱਲ ਪਾਣੀ ਚ ਰਹਿੰਦਾ, ਪਾਣੀ ਚ ਹੀ ਜਾਂਦਾ, ਪਾਣੀ ਚ ਹੀ ਖਤਮ ਹੁੰਦਾ, ਇੱਕ ਡਰੋਪ ਵੀ ਸੁੱਟ ਕੇ ਪਾਣੀ ਦੀ ਵੇਖੋ ਸਲਿਪ ਕਰ ਜਾਂਦੀ, ਖੜਦੀ ਨਹੀਂ, ਗੱਲਾਂ ਨਹੀਂ ਕਦੇ। ਇਸੇ ਤਰ੍ਹਾਂ ਸਤਿਗੁਰਾਂ ਦਾ ਹਿਰਦਾ ਸੀ, ਸਤਿਗੁਰਾਂ ਦੇ ਪਿਆਰਿਆਂ ਦਾ ਹਿਰਦਾ ਸੀ, ਪਰ ਬੜਿਆਂ ਨੂੰ ਲੱਗਦਾ ਸੀ ਗੁਰੂ ਰਾਮਦਾਸ ਬਹੁਤ ਅਮੀਰ ਨੇ, ਬਹੁਤ ਅਮੀਰ ਨੇ। ਦੁਨਿਆਵੀ ਪੱਧਰ ਦੇ ਲੋਕ ਸੋਚਦੇ ਕਿ ਜਿਹਨਾਂ ਨੂੰ ਸੋਨਾ ਚਾਂਦੀ ਚਰਨਾਂ ਦੇ ਪਿਆ, ਮਾਇਆ ਦੇ ਢੇਰ ਲੱਗੇ, ਮਰਦ ਦੇ ਵੇਖਦੇ ਕੀ ਇਹਨਾਂ ਵੱਲ, ਕਹਿੰਦੇ ਗੁਰੂ ਸਾਹਿਬ ਤੇ ਬਹੁਤ ਅਮੀਰ ਨੇ, ਗੁਰੂ ਬਹੁਤ ਵੱਡਾ ਏ। ਵੇਖੋ ਸਾਡੀ ਜ਼ਿੰਦਗੀ ਚ ਕਈ ਕਿਰਦਾਰ ਮਾਇਆ ਕਰਕੇ ਵੱਡੇ ਹੁੰਦੇ ਆ। ਕਿਸੇ ਬੰਦੇ ਨੂੰ ਧੇਲੇ ਦੀ ਅਕਲ ਨਹੀਂ ਹੁੰਦੀ, ਮਾਇਆ ਕਰਕੇ ਲੋਕ ਨੂੰ ਵੱਡਾ ਕੀ ਜਾਂਦੇ ਆ। ਕੋਈ ਬੰਦਾ ਗੁਣਾ ਕਰਕੇ ਬਹੁਤ ਵੱਡਾ ਹੁੰਦਾ, ਲੋਕਾਂ ਦੀ ਨਜ਼ਰ ਚ ਛੋਟਾ ਤਾਂ ਹੁੰਦਾ ਕਿਉਂਕਿ ਪੈਸਾ ਹੁੰਦਾ ਨਹੀਂ, ਮਾਇਆ। ਪਰ ਸਿਆਣੇ ਹਮੇਸ਼ਾ ਗੁਣਾਂ ਦੀ ਸਾਂਝ ਪਾਉਂਦੇ ਆ, ਕਹਿੰਦੇ ਮਾਇਆ ਦਾ ਕੀ ਤੇ ਕਿੰਨਾ ਗੁਣ ਬੜੀ ਹੈ, ਤਾੜੀ ਮਾਰ ਕੇ ਲੁੱਟਣ ਹਰਿਆਂ ਤੋਂ ਬੜੀ ਹੈ। ਵਿਆਹ ਕਿਸੇ ਦਾ ਹੁੰਦਾ 51-52 ਹਜ਼ਾਰ ਝੱਟ ਲੈ ਜਾਂਦੇ ਹੈ, ਕਿਸੇ ਦਾ ਸਿਸਟਮ ਮਾਇਆ ਤੇ ਉਹਨਾਂ ਕੋਲ ਵੀ ਬੜੀ ਸੁੱਖ ਨਹੀਂ ਨਾ ਜੀਵਨ। ਦੀ ਦੁਨੀਆਂ ਦੇ ਪਾਤਸ਼ਾਹ ਦੇ ਦਰ ਤੇ ਕਈ ਸਿੱਖ ਇਹ ਸੋਚਦੇ ਆ ਵੀ ਇਹ ਮਾਇਆ ਨੂੰ ਸਤਿਗੁਰੂ ਕਿਉਂ ਨਹੀਂ ਰੱਖਦੇ, ਕਦੇ ਮਰਦ ਨੇ ਕੋਈ ਖਜ਼ਾਨਾ ਹੀ ਨਹੀਂ ਲਾਇਆ, ਕਦੇ ਕਿਹਾ ਹੀ ਨਹੀਂ ਸਿੱਖਾਂ ਇੱਕ ਕਮਰੇ ਚ ਸੁੱਟੀ ਚੱਲ ਭਾਈ ਆਪਣੇ ਕੰਮ ਆਊਗੀ, ਬੇਪਰਵਾਹ ਰਹਿੰਦੇ ਨੇ। ਪਰਖਿਆ ਰਹਿਣ ਸਮੀਪੀ ਲੱਗਿਓ,
ਜਦੋਂ ਮਾਇਆ ਗੁਰੂ ਘਰ ਵਿੱਚ ਪ੍ਰਵੇਸ਼ ਹੋਈ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਜੀ ਪਿਤਾ ਜੀ ਦੇ ਕੋਲ ਬੈਠਣ ਲੱਗ ਪਏ। ਕਿਉਂ? ਮਾਇਆ ਦਾ ਚੜਾਵਾ ਬਹੁਤ ਚੜ੍ਹ ਤੇ ਗੁਰੂ ਸਾਹਿਬ ਨੇ ਵੇਖ ਲਿਆ ਵੀ ਪੁੱਤਰ ਸਾਡੇ ਦਾ ਮਨ ਮਾਇਆ ਤੋਂ ਆਕਰਸ਼ਿਤ ਹੈ, ਬੈਠੇ ਤਾਂ ਅੱਗੇ ਨੀ ਬੈਠੇ। ਸੁਭਾਵਿਕ ਗੱਲ ਹੈ, ਧੀ ਪੁੱਤ ਪਹਿਲਾਂ ਕਦੇ ਬੈਠੇ ਨਾ ਕੋਲੇ, ਤੇ ਜਦੋਂ ਮਾਂ ਬਾਪ ਕੋਲ ਚੰਗੀ ਮਾਇਆ ਆ ਗਈ, ਅੱਜ ਪਤਾ ਇੰਨੀ ਪ੍ਰੋਪਰਟੀ ਆ ਗਈ, ਵੇਚਣ ਵਾਲੇ ਆ, ਪੈਸੇ ਮਿਲਣਗੇ, ਤੇ ਅੱਗੇ ਪਿੱਛੇ ਫਿਰੇ ਸਮਝ ਮਾਪੇ ਵੀ ਜਾਂਦੇ ਵੀ ਪੈਸੇ ਦਾ ਹੀ ਹੁੰਦਾ, ਸਾਡਾ ਕੁਛ ਨੀ ਹੈ। ਜਾਣਵੇ ਗੁਰੂ ਰਾਮਦਾਸ ਮਰਦ ਵੀ ਇਸ ਮਾਇਆ ਨੇ ਖੇਡ ਤੇ ਵਰਤਾਉਣੀ ਹੈ, ਤੇ ਸਾਡੇ ਸਿੱਖ ਜ਼ੋਰ ਲਾਈ ਜਾਂਦੇ ਪ੍ਰੀਤੀ ਚੰਦ ਮਾੜਾ, ਪ੍ਰੀਤੀ ਚੰਦ ਮਾੜਾ। ਉਹ ਨਹੀਂ, ਜੋ ਗੁਰੂ ਨੂੰ ਪਾਉਂਦਾ ਹੁੰਦਾ ਉਹੀ ਹੈ। ਅਸਲ ਜੜ ਇਹ ਹੈ, ਬਾਬਾ ਪ੍ਰੀਤੀ ਚੰਦ ਨੂੰ ਭੰਡ ਕੇ ਸਾਨੂੰ ਕੁਛ ਨੀ ਮਿਲਣਾ, ਉਹ ਜਿਹਨੂੰ ਗੁਰੂ ਨਾਨਕ ਸਾਹਿਬ ਭਰਮਾ ਦੇਣ ਯਾਰ ਉਹ ਕੀ ਕਰੂਗਾ। ਰੱਬ ਜਿਹਨੂੰ ਭਰਮਾ ਦੇ ਉਹਨੂੰ ਸਿੱਧੇ ਰਾਹ ਪਾ ਹੀ ਨੀ ਸਕਦੇ, ਤੇ ਜਿਹਨੂੰ ਰੱਬ ਬਚਾ ਲਏ ਉਹਨੂੰ ਦੁਨੀਆਂ ਉਲਝਾ ਨਹੀਂ ਸਕਦੀ। ਬਾਬਾ ਪ੍ਰੀਤੀ ਚੰਦ ਪਿਤਾ ਜੀ ਦੇ ਕੋਲ ਬਹਿੰਦੇ ਆ, ਸਤਿਕਾਰ ਬਹੁਤ ਕਰਦੇ ਆ, ਪਿਆਰ ਬੜਾ ਕਰਦੇ ਆ, ਪਰ ਕਹਿੰਦੇ ਮਾਇਆ ਵੇਖ ਵੇਖ ਕਈ ਦਿਨ ਹਿਸਾਬ ਲਾਉਂਦੇ ਰਹੇ ਵੀ ਪਿਤਾ ਗੁਰੂ ਤੇ ਮਾਇਆ ਵੇਖਦੇ ਨੀ, ਚੱਲ ਮਨਾ ਤੂੰ ਪ੍ਰਬੰਧਕ ਬਣ, ਤੂੰ ਗੱਠੀ ਕਰ, ਹਿਸਾਬ ਕਿਤਾਬ ਰੱਖਿਆ ਕਰ। ਕਹਿੰਦੇ ਪਹਿਲੇ ਦਿਨ ਬਾਬਾ ਪ੍ਰੀਤੀ ਚੰਦ ਜੀ ਨੇ ਆਪਣੇ ਦਾਸਾਂ ਨੂੰ ਸਿੱਖਾਂ ਨੂੰ ਆਖਿਆ, ਕਹਿੰਦੇ ਮਾਇਆ ਇਕੱਠੀ ਕਰੋ ਭਾਈ, ਕਰ ਲਈ ਗਿਣਤੀ ਕੀਤੀ, ਅੰਦਰ ਰੱਖ ਲਈ, ਸੋਹਣੇ ਕੱਪੜੇ ਅੰਦਰ ਰੱਖ ਲਈ, ਰੋਜ਼ ਦੇ ਲੱਖਾਂ ਰੁਪਈਏ ਹੁੰਦੇ ਆ। ਕਹਿੰਦੇ ਹੁਣ ਬਾਬਾ ਪ੍ਰੀਤੀ ਚੰਦ ਮਾਇਆ ਇਕੱਠੀ ਕਰਦੇ ਆ, ਸੰਭਾਲਦੇ ਆ ਮਾਇਆ, ਗੁਰੂ ਘਰ ਦਾ ਪ੍ਰਬੰਧ ਮੈਂ ਵੇਖਣਾ, ਕਿੱਥੇ ਕਿੰਨਾ ਖਰਚਾ ਹੁੰਦਾ, ਕਿੱਥੇ ਸਿੱਖਾਂ ਨੂੰ ਵਸਤਰ ਚਾਹੀਦੇ ਆ, ਕਿੱਥੇ ਭੋਜਨ ਪਾਣੀ ਚਾਹੀਦਾ, ਕਿੱਥੇ ਕੀ ਚਾਹੀਦਾ। ਕਦੇ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਨਹੀਂ ਪੁੱਛਿਆ ਵੀ ਪੁੱਤਰਾ ਮਾਇਆ ਕਿੰਨੀ ਹੋ ਗਈ, ਕਿੰਨੀ ਵਰਤਦੇ ਹੋ, ਕਿੰਨਾ ਖਰਚਾ, ਕਿੰਨੀ ਆਮਦਨ, ਕੁਛ ਨੀ ਪੁੱਛਿਆ ਮਾਇਆ। ਤੇ ਨਾ ਹੀ ਕਦੇ ਬਾਬਾ ਪ੍ਰਿਥੀ ਚੰਦ ਨੇ ਪਿਤਾ ਗੁਰੂ ਜੀ ਕੋਲ ਜ਼ਿਕਰ ਕੀਤਾ ਏ ਸਰਬ ਸੰਭਾਰੇ ਦੀਗ ਚਲਾਵੇ ਕਾਜੀ ਪਰਵੇ ਸੋ ਨਿਰਪਾਵੇ। ਬਾਬਾ ਪ੍ਰਿਥੀ ਚੰਦ ਜੀ ਨੂੰ ਕੋਈ ਨੀ ਪੁੱਛਦਾ ਜੀ, ਹਿਸਾਬ ਕਿਤਾਬ ਵੀ ਨੀ ਕਿਸੇ ਨੂੰ ਪੁੱਛਿਆ ਕਦੇ। ਕਹਿੰਦੇ ਥੋੜਾ ਮਾਣ ਸਤਿਕਾਰ ਸਿੱਖਾਂ ਚ ਵੱਧ ਗਿਆ, ਸੁਭਾਵਿਕ ਹੈ। ਗੁਣਹੀਣ ਬੰਦਾ ਵੀ ਹੋਵੇ ਤੇ ਜੇਬ ਚ ਪੈਸਾ ਹੋਵੇ, ਲੋਕ ਸਰਜੀ ਸਰਜੀ ਕਰਦੇ। ਬੇਕਾਰ ਬੰਦਾ ਹੋਵੇ, ਬੋਲਣ ਦੀ ਅਕਲ ਨਾ ਹੋਵੇ, ਪਰ ਪੈਸੇ ਕਰਕੇ ਲੋਕ ਉਹਨੂੰ ਢੱਕੀ ਜਾਂਦੇ ਤੇ ਗੁਨਾਹਾਂ ਨੂੰ ਕਵਰ ਕਰੀ ਜਾਂਦੇ। ਬੰਦਾ ਇੱਜ਼ਤ ਵਾਲਾ ਹੋਵੇ, ਰਿਸਪੈਕਟਡ ਹੋਵੇ, ਸਤਿਕਾਰਤ ਹੋਵੇ, ਲੱਖਾਂ ਗੁਣ ਤੇ ਪਰਉਪਕਾਰ ਤੁਹਾਡੇ ਤੇ ਕਰਦੇ, ਸਦਾ ਜੀਵਨ ਰਹਿਣਾ, ਕਿਉਂਕਿ ਉਹਦੇ ਕੋਲ ਜਗਤ ਦੀ ਪੂੰਜੀ ਹੈ, ਉਹਦੇ ਕੋਲ ਮਾਇਆ ਹੈ ਨੀ। ਲੋਕ ਬੰਦੇ ਦਾ ਸਟੇਟਸ ਪੈਸੇ ਨਾਲ ਵੇਖਦੇ ਆ, ਗੁਣਾਂ ਨਾਲ ਨਹੀਂ ਬੋਲੇ। ਕੌਣ ਲੱਭਦਾ ਕਿਸੇ ਦੇ ਕੋਲ? ਇੱਕ ਗੁਰੂ ਨੂੰ ਛੱਡ ਕੇ ਗੁਰੂ ਰਾਮਦਾਸ ਮਰਦ ਨੇ ਵੇਖਿਆ ਵੀ ਪੁੱਤਰ ਸਾਡਾ ਹੁਣ ਸਾਡੇ ਤੋਂ ਅੱਖਾਂ ਚ ਰੋਂਦਾ ਹੈ। ਧੀ ਪੁੱਤ ਨੂੰ ਮਾਇਆ ਦੇ ਕੇ ਦੇਖ ਲਓ, ਸਾਰੀ ਗੱਲ ਘਰੇ ਨਹੀਂ ਬਣਦੀ। ਤੇ ਜਿੱਦਣ ਧੀ ਦਾ ਪੁੱਤ ਘਰ ਤੋਂ ਬਾਹਰ ਰਹਿਣ ਲੱਗ ਗਏ ਨਾ, ਤੇ ਸਮਝ ਆ ਜਾਂਦੀ ਹੈ ਦੁਨੀਆਂ ਦੇ ਮਾੜੇ ਤੋਂ ਮਾੜੇ ਕੰਮ ਕਰਦੇ ਆ, ਇਹ ਵਿਗੜ ਚੁੱਕੇ ਨੇ, ਇਹਨਾਂ ਤੋਂ ਇੱਜ਼ਤ ਸਤਿਕਾਰ ਦੀ ਆਸ ਜ਼ਿੰਦਗੀ ਭਰ ਨਾ ਰੱਖਿਓ। ਆਖੋ ਸਾਡਾ ਨਾਮ ਰਾਤਾਂ ਨੂੰ ਕੀ ਗੁਨਾਹ ਹੀ ਹੁੰਦੇ ਆ, ਪਾਪ ਹੀ ਹੁੰਦੇ ਆ, ਕੌਣ ਗੁਨਾਹ ਹੁੰਦੇ ਆ। ਫਿਰ ਜੇ ਉਹ ਮਾਂ ਬਾਪ ਬੋਲਣਗੇ ਆਪਣੀ ਇੱਜ਼ਤ ਕਰੋਗੇ, ਵਰਤਾਰਾ ਕੀ ਹੈ ਮਾਇਆ ਦਾ, ਪੈਸੇ ਦਾ। ਗਰੀਬਾਂ ਦੇ ਬੱਚੇ ਅੱਜ ਵੀ ਆਗਿਆ ਕਰੀ ਜਾ ਕੇ ਕਮਾਉਂਦੇ ਨੇ, ਮਾਂ ਬਾਪ ਦੀ ਸੇਵਾ ਕਰਦੇ ਆ, ਅਮੀਰਾਂ ਦੀਆਂ ਜਿੰਨੀਆਂ ਵੀ ਔਲਾਦਾਂ ਨੇ
ਉਹ ਬੇਕਾਬੂ ਹੁੰਦੇ ਆ। ਬੋਲਣ ਦਾ ਨਹੀਂ ਪਤਾ, ਉੱਠਣ ਬੈਠਣ ਦਾ ਨਹੀਂ ਪਤਾ, ਸਮਝਣ ਦਾ ਨਹੀਂ ਪਤਾ। ਉਹ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਆ ਕਿਉਂਕਿ ਉਹ ਆਪ ਸਮਝ ਸਮਝ ਕੇ ਕੰਮ ਨਹੀਂ ਹੋਵੇ। ਇਹੀ ਕਾਰਨ ਹੈ ਉਹ ਸਿੱਖੀ ਵਾਲੇ ਪਾਸੇ ਨੂੰ ਨਹੀਂ ਕਰ ਸਕਦੇ। ਜੇਕਰ ਮਾਇਆ ਤੁਹਾਡੇ ਕੋਲ ਆ ਗਈ, ਕਿਸੇ ਬਜ਼ੁਰਗ ਕੋਲ ਆ ਗਈ ਯਾਰ, ਗੱਲਾਂ ਉਹਨੂੰ ਆ ਜਾਂਦੀਆਂ ਤੇ ਉਹ ਤੇ ਫਿਰ ਬਾਬਾ ਪ੍ਰਿਥੀ ਚੰਦ ਗੁਰੂ ਪੁੱਤਰ ਨੇ ਲੱਖਾਂ ਰੁਪਈਆ ਉਹਨਾਂ ਦੇ ਕੋਲ ਆਉਣ ਲੱਗ ਗਿਆ। ਕਹਿੰਦੇ ਉਹਨਾਂ ਮਾਇਆ ਲਾਈ ਬਹੁਤ, ਸੋਹਣੇ ਸੋਹਣੇ ਲੰਗਰ ਚਲਾਉਣੇ ਸ਼ੁਰੂ ਕਰਤੇ, ਸੋਹਣੇ ਦੇ ਭਾਵ 36 ਪ੍ਰਕਾਰ ਦੇ ਭੋਜਨ ਖੁੱਲੇ ਚੱਲਣ ਦੇ। ਬੜੀ ਵਾਰ ਸਿੱਖਾਂ ਨੇ ਕਿਹਾ ਮਹਾਰਾਜ ਸਾਦਗੀ ਦਾ ਭੋਜਨ ਛੱਡ ਕੇ ਬਾਬਾ ਪ੍ਰਿਥੀ ਚੰਦ ਨੇ ਲੰਗਰਾਂ ਦੇ ਵਿੱਚ ਤੇ ਫਟੇ ਚੱਕੇ ਹੋਏ ਹਨ ਵੀ ਜੋ ਆਉਂਦਾ ਵਧੀਆ ਬਣਾਓ ਵਧੀਆ ਛਕਾਓ, ਪਰ ਕੁਝ ਫਾਇਦਾ ਉਹਨਾਂ ਨੂੰ ਨਹੀਂ ਸੀ, ਮਾਇਆ ਤੇ ਆਈ ਨਹੀਂ ਕਰਦੀ। ਗੁਰੂ ਰਾਮਦਾਸ ਮਾਤ ਕਹਿੰਦੇ ਕੋਈ ਨੀ ਭਾਈ, ਜੋ ਕਰਦੇ ਠੀਕ ਕਰਦੇ। ਬਾਬਾ ਪ੍ਰਿਥੀ ਚੰਦ ਜਿੱਥੇ ਗੁਰੂ ਘਰ ਦਾ ਪ੍ਰਬੰਧ ਸਮਝਦੇ ਆ, ਉੱਥੇ ਮਨ ਚ ਇਹ ਆਉਂਦਾ ਹੈ ਕਿ ਇਸ ਮਾਇਆ ਨੂੰ ਮੈਂ ਇਕੱਠਿਆ ਕਰਾਂ, ਕੱਲ ਨੂੰ ਮੈਂ ਗੁਰੂ ਬਣਿਆ ਮੇਰੇ ਕੰਮ ਆਉਂਦੀ ਖਿਆਲ ਨਾਲ ਸ਼ੁਰੂ ਹੋਏਗੀ। ਤੁਸੀਂ ਇੱਕ ਨੋਰਮਲ ਦੀ ਗੱਲ ਕਰ ਲਈ, ਇੱਕ ਗਰੀਬ ਬੰਦਾ ਹੈ, ਉਹ ਕਦੇ ਜਾਊ ਕਿਸੇ ਏਜੰਸੀ ਤੇ ਗੱਡੀ ਵੇਖਣ? ਕੋਈ ਲੈ ਕੇ ਵੀ ਚੱਲੇ ਕਹਿੰਦਾ ਯਾਰ ਸਾਡਾ ਤੇ ਰਾਹੀ ਨਹੀਂ, ਅਸੀਂ ਤੇ ਮੋਟਰਸਾਈਕਲ ਨਹੀਂ ਖਰੀਦ ਸਕਦੇ, ਆਪਾਂ ਕੀ ਕਰਾਂਗੇ, ਟਾਈਮ ਖਰਾਬ ਹੈ। ਤੇ ਜਿਹਦੀ ਜੇਬ ਚ ਮਾਇਆ ਟੱਪਦੀ ਆ, ਰੋਜ਼ ਫਿਰਦਾ ਹੈ, ਅੱਜ ਫਲਾਣੀ ਏਜੰਸੀ ਵੇਖ ਆ ਗਈ, ਅੱਜ ਫਲਾਣੀ ਵੇਖ ਆ ਗਈ। ਇੱਕ ਗਰੀਬ ਔਰਤ ਹੋਵੇ, ਘਰ ਦਾ ਖਰਚਾ ਨਾ ਚੱਲਦਾ ਹੋਵੇ, ਕਦੇ ਕਿਸੇ ਮਾਲ ਚ ਘੁੰਮਦੀ ਵੇਖੀ, ਘੁੰਮੂ ਉਹ ਜਿਹਦੀ ਜੇਬ ਚ ਪੈਸੇ ਲਟਕਦੇ, ਮੈਂ ਕਿੱਥੇ ਫੂਕ ਕੇ ਆਵਾਂ? ਉਹਨੇ ਕਦੇ ਸ਼ਾਮ ਮਾਲ ਤੁਰ ਪੈਣਾ, ਕਦੇ ਕਿਸੇ ਮਾਲ ਤੁਰ ਪੈਣਾ, ਕਦੇ ਕਿਸੇ ਥਾਂ ਤੁਰ ਪੈਣਾ। ਜਦ ਤੱਕ ਫੂਕੜੇ ਨਹੀਂ ਉਦੋਂ ਤੱਕ ਚੈਨ ਨਹੀਂ ਆਉਂਦਾ। ਸਤਨਾਮ, ਲੋਕ ਅਕਲ ਦੇ ਦੁਸ਼ਮਣ ਨੇ, ਮਾਇਆ ਦੇ ਦੁਸ਼ਮਣ ਨੇ, ਤੇ ਇਹੀ ਮਾਇਆ ਫਿਰ ਜੀਵਨ ਵਿੱਚ ਦੁਸ਼ਮਣ ਬਣ ਜਾਂਦੀ, ਇਕੱਲਾ ਰਹਿ ਜਾਂਦਾ ਬੰਦਾ, ਕੋਈ ਬੁਲਾਉਂਦਾ ਨਹੀਂ। ਹੁਣ ਮਾਇਆ ਧਾਰੀ ਲੋਕਾਂ ਦੇ ਘਰ ਜਾ ਕੇ ਵੇਖੋ, ਬਜ਼ੁਰਗ ਇਕੱਲੇ ਬੈਠੇ, ਪੁੱਛਦਾ ਹੀ ਇਹ ਕੌ ਕਮਰੇ ਚ ਬੈਠਾ, ਇੱਕ ਉਧਰ ਬੈਠਾ, ਕਿਉਂ? ਮਾਇਆ ਤੇ ਬੜੀ ਹੈ ਪਰ ਆਪਣਾ ਕੋਈ ਨਹੀਂ, ਕਿਉਂਕਿ ਮਾਇਆ ਨੇ ਕੱਲਿਆ ਕਰਤਾ। ਹੁਣ ਜਿਹਦੇ ਕੋਲ ਮਾਇਆ, ਕਹਿੰਦੇ ਮੈਨੂੰ ਕੀ ਲੋੜ ਹੈ ਕਿਸੇ ਦੀ ਮਦਦ ਕਰਦੀ ਪਈ, ਅਸੀਂ ਕੀ ਲੈਣਾ ਕਿਸੇ, ਹੋ ਗਿਆ ਇਕੱਲਾ। ਲੋਕੀ ਕਹਿੰਦੇ ਫਿਰ ਅਸੀਂ ਵੀ ਨਹੀਂ ਲੈਣਾ, ਇਕੱਲਾ ਰਹਿ ਗਿਆ। ਗਰੀਬ ਦੇ ਘਰ ਚਲੇ ਜਾਓ, ਭਾਵੇਂ ਢੋਲ ਜਾਂਦਾ ਨਾ ਹੋਵੇ, 10 ਬੰਦੇ ਰੋਟੀ ਖਾਣ ਆਉਂਦੇ, 10 ਨਾਲ ਲੈ ਕੇ ਜਾਣਾ, ਕਿਉਂ? ਕਿਉਂਕਿ ਉਹ ਇੰਨਾ ਵੀ ਸੋਚਦਾ ਕਿੱਥੋਂ ਕੀ ਬਚਾਇਆ ਜਾ, ਉਹਦੇ ਅੰਦਰ ਚਲਾਕੀਆਂ ਨਹੀਂ, ਉਹਦੇ ਅੰਦਰ ਛਲ ਨਹੀਂ। ਬਾਬਾ ਪ੍ਰਿਥੀ ਚੰਦ ਬੜੇ ਭੋਲੇ ਸੁਭਾਅ ਦੇ ਸੀ ਪਹਿਲਾਂ, ਹੁਣ ਜਿਉਂ ਜਿਉਂ ਮਾਇਆ ਆਈ, ਮਾਇਆ ਦੇ ਚੱਕਰ ਬਣਾਤਾ, ਸਿਆਣੇ ਬਣਾਤਾ। ਉਹ ਸੋਚਦੇ ਆ ਕਿ ਸਾਰੀ ਮਾਇਆ ਖਾਣੀ ਵੀ ਸਿਆਣਪ ਨਹੀਂ, ਲੰਗਰ ਤੇ ਵੀ ਲੱਗ ਜਾ। ਹੁਣ ਮਾਇਆ ਨੇ ਖਿਆਲ ਅੰਦਰ ਉਤਪੰਨ ਕੀਤਾ, ਇੱਕ ਦਿਨ ਪਿਤਾ ਗੁਰੂ ਮੈਨੂੰ ਗੁਰਤਾ ਕਦੀ ਲੈਣ ਗਿਆ, ਸਤਨਾਮ, ਕਿਉਂਕਿ ਅਮੀਰ ਮਾਇਆ ਹੋਣਾ ਹੈ, ਪ੍ਰਬੰਧ ਮੇਰੇ ਕੋਲੇ ਹੈ, ਪ੍ਰਬੰਧ ਮੈਂ ਸੰਭਾਲਦਾ। ਆਉਂਦੇ ਆਉਣੀ ਸ਼ੁਰੂ ਹੋ ਗਈ। ਜਦੋਂ ਬੰਦੇ ਦਾ ਪਹਿਰਾਵਾ ਬਦਲਣਾ ਸ਼ੁਰੂ ਹੋ ਜਾਵੇ, ਸਮਝੋ ਉਹਦੇ ਕੋਲ 4 ਪੈਸੇ ਆ। ਦੇਖੋ ਪੈਸਾ ਉਹਨਾਂ ਮਾੜਾ ਥੋੜੀ ਹੈ, ਪੈਸੇ ਨੂੰ ਗੁਜਰਾਨ ਵਜੋਂ ਵਰਤੋ, ਹੱਸੋ ਖੇਡੋ, ਪੈਸਾ ਤੁਹਾਡੇ ਲਈ ਇੱਕ ਵਰਦਾਨ ਹੈ। ਤੇ ਜਿੱਦਣ ਕੀ ਪੈਸਾ ਦਿਮਾਗ ਨੂੰ ਚੜ੍ਹ ਜੀ, ਇਹ ਮਾਇਆ ਦਿਮਾਗ ਨੂੰ ਚੜ੍ਹ ਜੀ, ਨਸ਼ਾ ਇਹਦਾ, ਤੇ ਸੱਚੀ ਉਧਰ ਜ਼ਿੰਦਗੀ ਹਰਾਮ ਹੋ ਜਾਏ। ਫਿਰ ਤੁਸੀਂ ਕਿਸੇ ਦੇ ਨਹੀਂ, ਤੁਹਾਡਾ ਕੋਈ ਨਹੀਂ। ਬੰਦਾ ਕਹਿੰਦਾ ਮੈਂ ਆਹ ਵੀ ਖਰੀਦ ਲੂ, ਆਹ ਵੀ ਖਰੀਦ ਲੂ, ਖਰੀਦ ਨਹੀਂ ਸਕਦਾ ਹੈ, ਕਿਸੇ ਨੂੰ ਆਪਣਾ ਨਹੀਂ ਬਣਾ ਸਕਦਾ, ਸਤਨਾਮ ਨਹੀਂ ਬਣਾ ਸਕਦਾ। ਮਾਇਆ ਧਾਰੀ ਜੱਗ ਤੋਂ ਰੋਂਦੇ ਗਏ ਤੇ ਰੋਂਦੇ ਜਾਣਗੇ। ਗੁਰੂ ਰਾਮਦਾਸ ਮਹਾਰਾਜ ਦੇ ਸਪੁੱਤਰ ਬਾਬਾ ਪ੍ਰਿਥੀ ਚੰਦ ਚੁੱਪ ਚਪੀਤੇ ਰਹਿੰਦੇ ਆ, ਪਿਤਾ ਗੁਰੂ ਤੋਂ ਹਿਸਾਬ ਨਹੀਂ ਦਿੰਦੇ ਨਾ ਦੱਸਦੇ। ਕਹਿੰਦੇ ਲੈ ਬਾਪੂ ਜੀ ਦੇ ਕੀ ਹਿਸਾਬ ਲੈ, ਉਹਨਾਂ ਉੱਤੇ ਫਰਕੀ ਕੋਈ ਨਹੀਂ, ਉਹਨਾਂ ਦਾ ਮਾਇਆ ਨਾਲ ਕੋਈ ਲੈਣ ਦੇਣ ਨਹੀਂ, ਪਰ ਮੇਰਾ ਤੇ ਫਰਜ਼ ਬਣਦਾ ਨਾ ਵੀ ਮੈਂ ਮਾਇਆ ਸੰਭਾਲ ਕੇ ਰੱਖਾਂ। ਇਸ ਮਾਇਆ ਨੇ ਜਦੋਂ ਗੁਰੂ ਘਰ ਵਿੱਚ ਪੈਰ ਪਾਇਆ, ਆਪਣਾ ਰੰਗ ਵਿਖਾਇਆ ਏ, ਮਹਾਦੇਵ ਮਨ ਮਸਤ ਰਹੰਤਾ
ਹਾਨ ਲਾਭ ਕੋ ਕਛ ਨ ਗਣੰਤ। ਗੁਰੂ ਰਾਮਦਾਸ ਮਾਰਗ ਦੇ ਛੋਟੇ ਸਪੁੱਤਰ ਬਾਬਾ ਮਹਾਦੇਵ ਜੀ, ਪ੍ਰਿਤੀ ਚੰਦ ਜੀ ਦੇ ਛੋਟੇ ਭਰਾ, ਉਹਨਾਂ ਨੂੰ ਕਿਸੇ ਲਾਭ ਦਾ ਕਿਸੇ ਨੁਕਸਾਨ ਦਾ ਕੋਈ ਲੈਣ ਦੇਣ ਇੰਟਰਸਟ ਨਹੀਂ, ਰੱਖਿਆ ਹੀ ਨਹੀਂ ਗਏ। ਇਹ ਤੇ ਸਿੱਧੀ ਗੱਲ ਹੈ, ਜ਼ਿੰਦਗੀ ਚ ਖੁਸ਼ ਰਹਿਣਾ, ਸਕੂਨ ਰੱਖਣਾ ਨਾ, ਬੜਾ ਕੁਝ ਛੱਡਣਾ ਤੇ ਤਿਆਗਣਾ ਹੁੰਦਾ। ਜੇ ਸੋਚਾਂਗੇ ਨਾ ਲੋਕ ਕੀ ਕਹਿਣਗੇ, ਬਸ ਸਾਰੀ ਜ਼ਿੰਦਗੀ ਇਸੇ ਘੁੰਮਣ ਘੇਰੀ ਚ ਘੁੰਮੀ ਜਾਣਾ, ਆਹ ਕੀ ਕਹੂ, ਉਹ ਰੁੱਸ ਗਿਆ ਉਹ ਮਨਾ ਲਿਆ, ਉਹ ਰੁੱਸ ਗਿਆ ਉਹ ਮਨਾ ਲਿਆ, ਘੁੰਮਣ ਘੇਰੀ ਚਲੀ ਜਾਣਗੇ, ਕੁਛ ਕੋਈ ਨਹੀਂ ਜਾਂਦਾ ਜੀ ਤੁਹਾਡੇ। ਤੇ ਅੱਜ ਸੈਂਟਰ ਖੁੱਲ੍ਹਣੇ ਸ਼ੁਰੂ ਹੋ ਗਏ ਨਾ, ਵੀ ਜੇ ਕਿਸੇ ਨੇ ਸਕੂਨ ਲੈਣਾ ਆਓ ਫਲਾਣੇ ਫਾਰਮ ਹਾਊਸ ਤੇ ਆਓ ਜੀ, ਤੁਸੀਂ ਇੱਥੇ ਬੈਠੋਗੇ ਇਕੱਲੇ ਰਹੋਗੇ। ਪਹਿਲਾਂ ਕਿਉਂ ਇੰਨਾ ਰੌਲਾ ਪਾਇਆ, ਪਹਿਲਾਂ ਕਿਉਂ ਇੰਨਾ ਖਲਾਰਾ ਇਕੱਠਾ ਕੀਤਾ, ਹੁਣ ਇਕੱਲੇ ਰਹਿਣਾ ਹੀ ਪਸੰਦ ਹੋ ਗਿਆ। ਜੀ ਦੁਨੀਆ ਦੇ ਮਾਲਕ ਗੁਰੂ ਰਾਮਦਾਸ ਜੀ ਦੇ ਸਪੁੱਤਰ ਬਾਬਾ ਪ੍ਰਿਥੀ ਚੰਦ, ਕਹਿੰਦੇ ਇੱਕ ਪਾਸੇ ਰਹਿਣ ਲੱਗ ਗਏ, ਸਤਿਗੁਰਾਂ ਦੇ ਕੋਲ ਆਉਂਦੇ ਆ, ਮੱਥਾ ਟੇਕਦੇ, ਧਿਆਨ ਮਾਇਆ ਚ ਲੈਂਦਾ ਵੀ ਕਿੰਨੀ ਹੋ ਗਈ ਅੱਜ, ਕਿੰਨੀ ਕਾਰ ਭੇਟਾ, ਕਹਿੰਦੇ ਮਾਇਆ ਇਕੱਠੀ ਕਰੀ ਜਾਣੀ, ਸੰਭਾਲੀ ਜਾਣੀ, ਲੰਗਰਾਂ ਦੀਆਂ ਰਸਤਾਂ ਲਿਆਉਣੀਆਂ, ਸੋਹਣੇ ਵਸਤਰ ਲਿਆਉਣੇ, ਮਾਇਆ ਦਾ ਰੰਗ ਚੜ੍ਹਨਾ ਸ਼ੁਰੂ ਹੋ ਗਿਆ। ਪਰ ਬਾਬਾ ਮਹਾਦੇਵ ਜੀ ਨੇ ਕਦੇ ਵੀ ਨਹੀਂ ਪੁੱਛਿਆ ਵੀ ਭਰਾਤਾ ਜੀ ਬੜੇ ਸੋਹਣੇ ਕੱਪੜੇ ਪਾਈ ਫਿਰਦੇ ਹੋ, ਸੋਹਣੀਆਂ ਪੁਸ਼ਾਕਾਂ ਪਾਈਆਂ, ਸੋਹਣੀਆਂ ਜੁੱਤੀਆਂ ਪਾਈ ਕਰਦੇ ਹੋ, ਮਹਿੰਗੀਆਂ ਮਹਿੰਗੀਆਂ ਸੋਨੇ ਦੀਆਂ ਝਾਲਰਾਂ ਲੱਗੀਆਂ ਨੇ, ਕਦੇ ਸਾਡੇ ਤੇ ਵੀ ਕਿਰਪਾ ਕਰੋ। ਨਹੀਂ, ਉਹ ਮਸਤ ਮੌਲਾ ਰਹਿੰਦੇ ਆ, ਉਹ ਕਿਹਦੇ ਲੈਣਾ ਕੀ ਹੈ, ਜਿਹੜਾ ਆਨੰਦ ਅੰਦਰ ਦਾ ਨਾ, ਸੋਹਣੇ ਵਸਤਰਾਂ ਤੇ ਪਦਾਰਥਾਂ ਤੇ ਨਹੀਂ ਹੁੰਦਾ। ਬਾਬਾ ਮਹਾਦੇਵ ਜੀ ਨੇ ਕਦੇ ਸੋਚੀਏ ਵੀ ਪ੍ਰਿਥੀ ਚੰਦ ਇੰਨੀ ਮਾਇਆ ਇਕੱਠੀ ਕਰਦੇ, ਕਦੇ ਸਾਨੂੰ ਸੁਲਾ ਵੀ ਨਹੀਂ ਕਰਦੇ, ਬਸ ਉਹਨਾਂ ਮਰਜ਼ ਨੂੰ ਮੱਥਾ ਟੇਕਣਾ, ਗੁਰੂ ਰਾਮਦਾਸ ਜੀ ਦੇ ਦਰ ਦੀ ਹਾਜ਼ਰੀ ਭਰਨੀ, ਪ੍ਰਸੰਨ ਹੋ ਕੇ ਘਰ ਆ ਜਾਣਾ। ਹਿਰਦੇ ਪ੍ਰੇਮ ਪਿਤ ਗੁਰ ਕੋ ਭਰੇ, ਸ੍ਰੀ ਅਰਜਨ ਜੀ ਭਗਤ ਸੰਭਾਰੇ। ਸਭ ਤੋਂ ਛੋਟੇ ਉਮਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ, ਉਹਨਾਂ ਨੂੰ ਮਾਇਆ ਨਾਲ ਪਿਆਰ ਨਹੀਂ, ਪਿਤਾ ਗੁਰੂ ਦੇ ਚਰਨਾਂ ਨਾਲ ਪਿਆਰ ਰੱਖੋ। ਸਤਨਾਮ। ਗੁਰੂ ਰਾਮਦਾਸ ਮਰਗ ਦੇ ਦਰ ਤੇ ਆਉਣਾ, ਸੰਗਤ ਵਿੱਚ ਬੈਠੇ ਰਹਿਣਾ, ਬਾਣੀ ਸੁਣੀ ਜਾਣੀ, ਬਾਣੀ ਪੜ੍ਹੀ ਜਾਣੀ, ਸਿੱਖਾਂ ਨਾਲ ਜਾ ਕੇ ਸੇਵਾ ਕਰਨੀ। ਬਾਬਾ ਪ੍ਰਿਥੀ ਚੰਦ ਜੀ ਦਾ ਬੜਾ ਸਤਿਕਾਰ ਕਰਦੇ ਗੁਰੂ ਅਰਜਨ ਦੇਵ ਪਾਤਸ਼ਾਹ, ਉਹਨਾਂ ਕੋਈ ਕੰਮ ਕਹਿਣਾ ਸਤਿਵਚਨ, ਕਦੇ ਅੱਗੇ ਨਹੀਂ ਬੋਲਿਆ, ਕਦੇ ਕੋਈ ਬੋਲ ਐਸਾ ਬੋਲਿਆ ਹੀ ਨਹੀਂ ਜੀਵਨ ਦੇ ਵਿੱਚ, ਸਤਿਕਾਰ ਕਰਨਾ, ਕਦੇ ਨਹੀਂ ਸੋਚਿਆ ਵੀ ਭਰਾ ਸਾਡਾ ਮਾਇਆ ਇਕੱਠੀ ਕਰਦਾ ਸਾਨੂੰ ਕੀ ਕਰੂਗਾ, ਗਲਤੀ ਹੁੰਦਾ ਹੈ, ਖਿਆਲ ਹੀ ਨਹੀਂ ਆਉਂਦਾ ਉਸ ਪਾਸੇ। ਪਰ ਬਾਬਾ ਪ੍ਰਿਥੀ ਚੰਦ ਜੀ ਦੇ ਮਨ ਵਿੱਚ ਆਉਂਦਾ ਹੈ ਵੀ ਜੇ ਇਹ ਮਾਇਆ ਮੇਰੇ ਭਰਾਵਾਂ ਕੋਲ ਚਲੀ ਗਈ ਤਾਂ ਮੈਨੂੰ ਕੀ ਬਚਣਾ। ਹੌਲੀ ਹੌਲੀ ਮਨ ਉੱਤੇ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਜਨਨੀ ਭਾਨੀ ਕੇ ਅਨੁਸਾਰੇ, ਬੰਧਨ ਕਰਨ ਸੇਵ ਕੋ ਪਾਰੇ। ਗੁਰੂ ਅਰਜਨ ਦੇ ਮਹਾਰਾਜ ਦੀ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ, ਮਾਤਾ ਭਾਨੀ ਜੀ ਦੇ ਨਾਲ ਹੀ ਰਹਿੰਦੇ ਆ, ਜਿਵੇਂ ਮਾਂ ਦੇ ਸੇਵਾ ਕਰਨੀ ਨਾਲ ਸੇਵਾ ਕਰਨੀ ਚਾਹੀਦੀ, ਪਿਤਾ ਗੁਰੂ ਦੇ ਚਰਨਾਂ ਚ ਜਾ ਕੇ ਬਹਿ ਜਾਣਾ, ਸਤਿਗੁਰਾਂ ਨੂੰ ਜਾਓ ਸਾਹਿਬ ਭੁਲਾਈ, ਇੰਨੀ ਸੇਵਾ ਕਰ, ਕਦੇ ਮਾਇਆ ਵੱਲ ਵੇਖੇ ਗਲਤੀ ਹੈ। ਵੇਖੋ ਕਿਤੇ ਇੱਕ ਸਮੁੰਦਰ ਹੈ ਮਾਂ, ਇਹ ਜਿੰਨਾ ਬੰਦਾ ਪ੍ਰਵਿਰਤ ਹੁੰਦਾ ਜਾਂਦਾ ਹੈ ਉਹਨਾਂ ਗਰਕ ਹੁੰਦਾ ਜਾਂਦਾ ਹੈ। ਦੇਖੋ ਸਰ ਸਭ ਦਾ ਜਾਂਦਾ, ਸਰੀ ਉਹਦਾ ਵੀ ਜਾਂਦਾ ਜਿਹੜਾ 5000 ਕਮਾਉਂਦਾ, 10000 ਕਮਾਉਂਦਾ, ਸਰ ਦਾ ਉਹਦਾ ਵੀ ਜਿਹੜਾ ਮਹੀਨੇ ਚ 5 ਲੱਖ ਕਮਾਉਂਦਾ, ਕਹਿੰਦਾ ਖਰਚੇ ਦੀ ਪੂਰੇ ਹੁੰਦੇ ਕਿੱਥੇ ਜਾਣਾ, ਇਹਦੀ ਅੰਦਰ ਦੀ ਸੈਟਿਸਫੈਕਸ਼ਨ ਹੈ, ਅੰਦਰ ਦੀ ਪ੍ਰਾਪਤੀ ਹੈ, ਅੰਦਰ ਦਾ ਸਬਰ ਹੋਣਾ ਚਾਹੀਦਾ। ਅੱਜ ਲਾਲਚ ਨਹੀਂ ਵਧਿਆ ਦੁਨੀਆਂ ਤੇ, ਸਬਰ ਪਿਆ ਲੋਕਾਂ ਦਾ, ਮਹਿੰਗਾਈ ਨਹੀਂ ਵਧੀ, ਸਬਰ ਹੈ ਨਹੀਂ, ਕੋਈ ਸਬਰ ਨਹੀਂ ਹੈਗਾ, ਬੇਫਜ਼ੂਲ ਸਾਡੇ ਖਰਚੇ, ਬੇਫਜ਼ੂਲ, ਕਦੇ ਬਹਿ ਕੇ ਸੋਚੀਏ ਨਾ
ਵੀ ਘਰ ਦੇ ਵਿੱਚ 90% ਚੀਜ਼ਾਂ ਸਾਡੇ ਉਹ ਨੇ ਜਿਹਨਾਂ ਦਾ ਸਾਨੂੰ ਕੋਈ ਮਤਲਬ ਨਹੀਂ, ਜਿਹੜੀਆਂ ਕਦੇ ਸਾਡੇ ਕੰਮ ਨਹੀਂ ਆਉਣੀਆਂ। ਸਟੋਰ ਭਰੇ ਪਏ ਕਬਾੜ ਦੇ ਨਾਲ, ਆਹ ਵੀ ਗਿਫਟ ਆ, ਆਹ ਵੀ ਗਿਫਟ ਹੈ, ਫਲਾਣੇ ਨੀ ਲੈ ਲਓ, ਉਹਨੂੰ ਆਹ ਦੇ ਦਿਓ, ਉਹਦੇ ਲਈ ਆਹ ਰੱਖ ਲਓ, ਬਸ ਆਹ ਕਬਾੜ ਇਕੱਠਾ ਕਰਕੇ ਨੈਗੇਟਿਵਿਟੀ ਇਕੱਠੀ ਕਰੀ ਜਾਂਦੇ। 10% ਸਿਰਫ ਸਾਡੇ ਕੰਮ ਆਉਂਦੇ, 10% ਚੀਜ਼ਾਂ ਸਾਡੇ ਕੰਮ ਆਉਂਦੀਆਂ ਨੇ, 90% ਅਸੀਂ ਘਰ ਦੇ ਵਿੱਚ ਖੂਨ ਇਕੱਠਾ ਕੀਤਾ ਹੋਇਆ, ਜਿਹੜਾ ਸਾਨੂੰ ਟੇਕਣ ਨਹੀਂ ਦਿੰਦਾ, ਜਿਹੜਾ ਸਾਨੂੰ ਹਮੇਸ਼ਾ ਅਹੰਕਾਰ ਚ ਰੱਖਦਾ ਵੀ ਆਹ ਮੈਂ ਲਿਆ, ਫਲਾਣੇ ਨੂੰ ਦਿੱਤਾ। ਕਿਸੇ ਦੇ ਘਰ ਵੀ ਜਾਵਾਂਗੇ ਨਾ, ਉੱਥੇ ਪਹਿਲਾਂ ਵੇਖਣਾ ਕਿ ਮੈਂ ਫਲਾਣੀ ਚੀਜ਼ ਗਿਫਟ ਕੀਤੀ ਸੀ ਨਾ, ਕਿੱਥੇ ਰੱਖੀ ਹੋਈ ਹੈ, ਛੁੱਟ ਤਾਂ ਨਹੀਂ ਦਿੱਤੀ ਕਿਤੇ, ਮੈਂ ਫਲਾਣਾ ਕੱਪੜਾ ਦਿੱਤਾ ਸੀ ਨਾ, ਪਾ ਲਿਆ, ਬਿਰਤੀ ਦੇ ਯਾਰ ਇੱਥੇ ਫਿਰਦੀ ਹੈ, ਜੇ ਕਿਹੜੇ ਅੰਦਰ ਦੇ ਸੁੱਖ ਲੱਭਦੇ ਫਿਰਦੇ ਆ, ਕਿਹੜੀ ਅੰਦਰ ਦੀ ਸ਼ਾਂਤੀ ਲੱਭਦੇ ਫਿਰਦੇ ਆ, ਅੱਜ ਦੀ ਕਪਟੀ ਬਹੁਤ ਚੰਗੀ ਜਾਂਦਾ ਉਹਦੇ ਫਿਰਦੇ ਆ। ਬਾਬਾ ਪ੍ਰਿਥੀ ਚੰਦ ਵਾਂਗੂ ਕਹਿੰਦੇ, ਪ੍ਰਿਥੀ ਚੰਦ ਜੀ ਦੇ ਹਾਲਾਤ ਵੇਖ ਕਦੇ ਗੁਰੂ ਪਿਤਾ ਨੇ ਕੁਝ ਨਹੀਂ ਆਖਿਆ, ਮਾਤਾ ਵੀ ਕੁਛ ਨਹੀਂ ਉਹਨਾਂ ਨੂੰ ਕਹਿੰਦੇ, ਉਹ ਜਾਣਦੇ ਨੇ ਤਾਂ ਸੁਭਾਅ ਹੈ, ਮਾਇਆ ਨਾਲ ਪ੍ਰੀਤ ਵਾਹਵਾ ਕਰਦੇ ਆ, ਸਿੱਖਾਂ ਦੇ ਨਾਲ ਥੋੜਾ ਫਰਕ ਰੱਖਦੇ ਨੇ। ਕਚਤ ਰਹੇ ਪਿਤਾ ਤੇ ਮਨ ਮੇਂ, ਵਿਵਹਾਰੀ ਕਿਨ ਭਏ ਨ ਧਨ ਮੇਂ। ਗੁਰੂ ਅਰਜਨ ਦੇ ਮਹਾਰਾਜ ਤੇ ਬਾਬਾ ਮਹਾਦੇਵ ਵਿਵਹਾਰੀ ਨਾ ਬਣ ਸਕੇ, ਧਨ ਦੌਲਤ ਦੇ ਵਿੱਚ ਆ ਕੇ ਵਪਾਰੀ ਨਾ ਬਣ ਸਕੇ, ਪਰ ਬਾਬਾ ਪ੍ਰਿਥੀ ਚੰਦ ਪਿਤਾ ਤੋਂ ਸੰਕੋਚ ਨਹੀਂ ਸੀ ਕਰਦੇ, ਮਾਇਆ ਇਕੱਠੀ ਕੀਤੀ, ਪਾਈ ਝੋਲੇ ਚ ਚੱਲ ਦਿੰਦਾ। ਪਰ ਗੁਰੂ ਅਰਜਨ ਦੇਵ ਸਤਿਗੁਰੂ ਪਿਤਾ ਜੀ ਦੇ ਕੋਲ ਬੈਠਿਆਂ ਤੋਂ ਵੀ ਸੰਕੋਚ ਕਰਦੇ ਸੀ ਵੀ ਕੋਈ ਬੈਠਿਆਂ ਬੈਠਿਆਂ ਮਨ ਚ ਫੁਰਨਾ ਨਾ ਜੀਏ, ਗੁਰੂ ਅੰਦਰ ਇੰਨਾ ਡਰ, ਇੰਨਾ ਭੈ। ਵੇਖੋ ਮਾਇਆ ਦਾ ਸੁਭਾਅ ਏ ਬੰਦੇ ਨੂੰ ਕੱਲਿਆ ਕਰਦੀ ਹੈ, ਫਿੱਟ ਜਾਂਦਾ ਬੰਦਾ ਅਹੰਕਾਰ ਦੇ ਵਿੱਚ, ਫਿਰ ਅੱਖਾਂ ਵਿੱਚ ਸ਼ਰਮ ਲੈ ਜਾਂਦੀ ਹੈ, ਬੰਦਾ ਬੇਸ਼ਰਮ ਹੋਇਆ ਫਿਰੀ ਜਾਂਦਾ, ਕਹਿੰਦਾ ਗੋਲ ਗਾਲਾਂ ਕੱਢਦੇ ਕੱਢੀ ਜਾਂਦੇ, ਮੈਂ ਕੀ ਲੈਣਾ ਕਿਸੇ, ਕਿ ਮਾਇਆ ਧਾਰੀ ਦੀ ਬੋਲੀ ਹੈ, ਉਹ ਕਹਿੰਦਾ ਮੈਂ ਕੀ ਲੈਣਾ ਕਿਸੇ, ਮੈਨੂੰ ਲੋੜ ਨਹੀਂ ਕਿਸੇ, ਪਰ ਹੁੰਦਾ ਇਕੱਲੇ ਹੀ ਜੀ। ਬਾਬਾ ਪ੍ਰਿਥੀ ਚੰਦ ਜੀ ਉਹ ਆਪਣੇ ਛੋਟੇ ਭਰਾਵਾਂ ਦੇ ਨਾਲ ਵਿਵਹਾਰ ਠੀਕ ਰੱਖਦੇ ਆ, ਪਰ ਮਨ ਅੰਦਰ ਉਹ ਕਹਿੰਦਾ ਵੇਖੀ ਵੀ ਤੂੰ ਮਾਇਆ ਤੋਂ ਹੀ ਸਾਰਾ ਲੈਣਾ ਚੱਲਦਾ ਨਾ। ਮੈਂ ਫਿਰ ਬੇਨਤੀ ਕਰਾਂ, ਪ੍ਰਿਥੀ ਚੰਦ ਜੀ ਬੁਰੇ ਨਹੀਂ, ਇਹ ਮਾਇਆ ਦਾ ਸੁਭਾਅ ਹੀ ਐਸਾ, ਸਤਨਾਮ ਸੁਭਾਅ ਐਸਾ ਹੈ, ਮਾਇਆ ਦਾ ਸੁਭਾਅ ਤੇ ਮਾਂ ਧੀਆਂ ਚ ਹਿਸਾਬ ਰੱਖ ਲੈਂਦਾ, ਮਾਇਆ ਦਾ ਸੁਭਾਅ ਏ ਪਿਓ ਪੁੱਤ ਚ ਹਿਸਾਬ ਰੱਖਦਾ, ਭਰਾ ਭਰਾ ਚ ਹਿਸਾਬ ਰੱਖਦਾ। ਜੇ ਅੱਜ ਸਾਡੇ ਰਿਸ਼ਤੇ ਵੇਖੀਏ, ਕੋਈ ਇੱਕ ਰਿਸ਼ਤਾ ਦੱਸੋ ਜੀ ਜਿਹੜਾ ਮਾਇਆ ਕਰਕੇ ਖਰਾਬ ਨਹੀਂ ਹੋਇਆ, ਸਭ ਰਿਸ਼ਤਿਆਂ ਚ ਲੜਾਈਆਂ ਝਗੜੇ ਕਲੇਸ਼ ਮਾਇਆ ਦੇ, ਗਰੀਬਾਂ ਦੇ ਹੁੰਦੇ ਬੋਲਦੇ ਕਦੇ ਵੇਖੇ, ਆ ਸੜਕਾਂ ਤੇ ਬੈਠੇ ਆ, ਉੱਥੇ ਪਰਿਵਾਰ ਜੰਮੀ ਜਾਂਦੇ, ਉੱਥੇ ਪਲੀ ਜਾਂਦੇ ਆ, ਇੱਕ ਇੱਕ ਕੁਟੀਆ ਚ 20-20 ਬੰਦੇ ਬੈਠੇ, ਕਦੇ ਖੜ ਕੇ ਕਿਸੇ ਦੀ ਡਾਂਗ ਹੈ ਹੀ ਕੁਛ ਨਹੀਂ ਕੋਲੇ, ਦਬਾਉਣ ਨੂੰ ਹੈ ਕੀ ਹੈ। ਸਾਡੇ ਦੋ ਨਿਆਣੇ ਹੋਣ, ਦੋਨਾਂ ਨੂੰ ਇੱਕ ਨੂੰ ਆਹ ਲੈ ਤਾ, ਇੱਕ ਨੂੰ ਆਹ ਲੈ ਤਾ, ਉਹ ਕਹਿੰਦਾ ਉਹਨੂੰ ਆਹ ਕਿਉਂ ਲੈ ਕੇ ਦਿੱਤਾ, ਉਹਨੂੰ ਪਿਆਰ ਕੀਤਾ, ਉਹਨੂੰ ਕਿਉਂ ਨਹੀਂ ਦਿੱਤਾ, ਇੱਥੇ ਮਜ਼ੇ ਆ, ਕਲੇਸ਼ ਹੀ ਕਲੇਸ਼ ਹੈ, ਨੈਗਟਿਵਿਟੀ ਨੈਗਟਿਵਿਟੀ ਹਰ ਵੇਲੇ, ਨਾ ਭਜਨ ਨਾ ਬੰਦਗੀ ਨਾ ਸੇਵਾ ਨਾ ਸਿਮਰਨ। ਹੁਣ ਜੇ ਕਹੀਏ ਦੁੱਖ ਰੱਬ ਨੇ ਦਿੱਤੇ ਆ, ਨਹੀਂ ਨਹੀਂ ਨਹੀਂ, ਰੱਬ ਨੇ ਤੈਨੂੰ ਮਾਇਆ ਵਰਤਣ ਲਈ ਦਿੱਤੀ ਸੀ ਬੰਦਿਆ, ਮਾਇਆ ਤੈਨੂੰ ਵਰਤ ਗਈ ਆ, ਸਤਨਾਮ ਤੈਨੂੰ ਖਿੱਚੀ ਦਿੱਤੀ ਹੈ, ਦੋਸ਼ ਰੱਬ ਤੇ ਵੀ ਸੱਚੇ ਪਾਤਸ਼ਾਹ ਸਾਡੇ ਘਰ ਸਿੱਖੀ ਹੈ ਨੀ, ਮਹਾਰਾਜ ਸਾਡੇ ਬੱਚਿਆਂ ਨੂੰ ਮਰਦ ਨਹੀਂ ਦਿੰਦੀ, ਸਾਡਾ ਪਰਿਵਾਰ ਏਦਾਂ ਕਿਉਂ ਹੈ, ਰੱਬ ਦਾ ਕੋਈ ਕਸੂਰ ਨਹੀਂ, ਇਹ ਕਸੂਰ ਬੰਦਿਆ ਤੇਰੇ ਆਪਣੇ ਕੀਤੇ ਕਰਮਾਂ ਦਾ ਏ, ਭੁਗਤਣਾ ਵੀ ਤੈਨੂੰ ਹੈ। ਪਰਮਾਤਮਾ ਨੇ ਤੇ ਸਭ ਨੂੰ ਸੋਝੀ ਦੇ ਕੇ ਗਿਆਨ ਦਿੱਤਾ, ਭਾਈ ਜੀ ਤੇਰੇ ਕੋਲ ਮਾਇਆ ਗਰੀਬ ਦੀ ਸਹਾਇਤਾ ਕਰਿਆ ਕਰ, ਲੋੜਵੰਦ ਦੇ ਨਾਲ ਰੋਂਡਾ ਲਾ ਕੇ ਖੜਿਆ ਕਰ, ਕਿਸੇ ਨੂੰ ਰੋਂਦਾ ਨਾ ਦੇਖੀ,
ਜੇ ਕਿਸੇ ਦੀ ਅੱਖ 'ਚ ਅਥਰੂ ਆ ਗਏ ਤੇ ਤੇਰਾ ਜੰਮਣਾ ਲੱਖ ਨਾ ਹੁੰਦਾ। ਹੁਣ ਬਾਬਾ ਪ੍ਰਿਥੀ ਚੰਦ ਜੀ ਦਾ ਸਤਿਕਾਰ ਵੱਧ ਗਿਆ ਜੀ, ਕਿਉਂ? ਮਾਇਆ ਉਹਨਾਂ ਕੋਲ ਜਥੇਦਾਰ ਜਥੇਦਾਰ ਕਰਦੇ ਸਿੱਖ ਪਿੰਡ ਦੇ, ਕਹਿੰਦੇ ਗੁਰੂ ਪੁੱਤਰ। ਹੁਣ ਗੁਰੂ ਪੁੱਤਰ ਤੇ ਗੁਰੂ ਅਰਜਨ ਦੇਵ ਜੀ ਵੀ ਨੇ, ਬਾਬਾ ਮਹਾਂਦੇਵ ਜੀ ਵੀ ਹਨ। ਇਹਨਾਂ ਨੂੰ ਉਹ ਸਤਿਕਾਰ ਨਹੀਂ ਮਿਲ ਰਿਹਾ ਜੋ ਬਾਬਾ ਪ੍ਰਿਥੀ ਚੰਦ ਨੂੰ ਮਿਲਦਾ। ਉਹ ਟ੍ਰੀਟਮੈਂਟ ਹੈ VIP, ਕਿਉਂਕਿ ਮਾਇਆ ਉਹਨਾਂ ਕੋਲ, ਸਾਰੇ ਉਹਨਾਂ ਦੇ ਆਲੇ ਦੁਆਲੇ ਰਹਿੰਦੇ ਆ। ਤੇ ਬਾਬਾ ਪ੍ਰਿਥੀ ਚੰਦ ਨੇ ਜਿੱਧਰ ਨੂੰ ਲੰਘਣਾ ਉਹਨੂੰ ਮੱਥੇ ਟੇਕਦੇ ਆ, ਪਰ ਗੁਰੂ ਅਰਜਨ ਦੇਵ ਬਾਬਾ ਮਹਾਂਦੇਵ ਉਹ ਬੰਦਗੀ ਵਾਲੇ ਆ, ਉਹ ਗੁਰੂ ਪਿਤਾ ਦੀ ਸੇਵਾ ਚ ਲੱਗੇ ਰਹਿੰਦੇ ਆ। ਤੇ ਪ੍ਰਿਥੀ ਚੰਦ ਜੀ ਦੀ ਸੇਵਾ ਹੁੰਦੀ ਹੈ ਅਲਪ ਬੈਸ ਮਹੀ ਸਗਰੀ ਜਨ ਹੈ ਜਾਂਦੇ ਨੈ ਦਿਵਹਰ ਪਛਨ ਹੈ। ਸਵਾਲ ਹੋਇਆ ਵੀ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਬਾਬਾ ਮਹਾਂਦੇਵ ਮਾਇਆ ਨੂੰ ਹੱਥ ਕਿਉਂ ਨਹੀਂ ਲਾਉਂਦੇ? ਉਹਨਾਂ ਛੋਟੀ ਉਮਰੇ ਸਮਝ ਲਿਆ ਮਾਇਆ ਬਿਹਾਰੀ ਰਾਮ, ਇਹ ਜਿਹੜੀ ਮਾਇਆ ਇਹ ਇੱਕ ਛਲਾਵਾ ਏ, ਇਹ ਕਦੇ ਕਿਸੇ ਦੀ ਸਗੀ ਬਣੀ ਹੈ। ਕੋਈ ਇੱਕ ਬੰਦਾ ਉੱਠ ਕੇ ਦੱਸ ਦੇ ਜੀ ਮਾਇਆ ਹਮੇਸ਼ਾ ਸਾਡੀ ਸੀ, ਸਾਡੀ ਕੁੱਲ ਚ ਰਹੀ ਹੈ। ਵੱਡੇ ਵੱਡੇ ਰਾਜਿਆਂ ਦੇ ਰਾਜ ਵਿਕ ਗਏ, ਪਹਿਲਾ ਰਾਜੇ ਸੀ ਫਿਰ ਕੈਦੀ ਸੀ, ਕਈ ਲੋਕ ਕੈਦੀ ਸੀ ਫਿਰ ਬਾਦਸ਼ਾਹ ਬਣ ਗਏ, ਰੁਕੀ ਕਿਹਦੇ ਕੋਲ? ਮਾਇਆ ਦਾ ਸੁਭਾਵ ਹੈ ਅੱਜ ਕਿਸੇ ਕੋਲ ਕੱਲ ਕਿਸੇ ਕੋਲ, ਕਿਸੇ ਇੱਕ ਦੀ ਨਹੀਂ ਹੋ ਸਕਦੀ, ਬਣ ਹੀ ਨਹੀਂ ਸਕਦੀ ਕਦੇ ਕਦੇ। ਤੇ ਬਾਬਾ ਪ੍ਰਿਥੀ ਚੰਦ ਜੀ ਆਪਣੇ ਛੋਟੇ ਭਰਾਵਾਂ ਦੇ ਨਾਲ ਥੋੜਾ ਵਿਤਕਰਾ ਮਨ ਕਰਕੇ ਰੱਖਦੇ ਆ ਵੀ ਕਿਤੇ ਇਹਨਾਂ ਨੂੰ ਸਮਝ ਹੀ ਨਾ ਆਵੇ ਇਸ ਗੱਲ ਦੀ। ਇੱਕ ਮਨ 'ਚ ਚੋਰ ਆ ਗਿਆ ਨਾ ਅੰਦਰ ਅੰਦਰ, ਇਹਨਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਸਹੀ ਲੱਗ ਗਿਆ। ਗੁਰੂ ਰਾਮਦਾਸ ਮਰਜ ਪੁੱਛਦੇ ਨਹੀਂ ਬਾਬਾ ਪ੍ਰਿਥੀ ਚੰਦ ਨੂੰ, ਜਾਣਦੇ ਵੀ ਆਪ ਹੀ ਕਰੂ ਪ੍ਰਭੂ ਸਾਨੂੰ, ਗੁਰੂ ਨਹੀਂ ਕਹਿੰਦਾ ਬੁਰਾ ਕਰ। ਤੇ ਹੁਣ ਇਹ ਛੋਟੇ ਸਪੁੱਤਰ ਸਤਿਗੁਰਾਂ ਦੇ ਇਹ ਮਾਇਆ ਦੇ ਵਿਵਹਾਰ ਤੋਂ, ਧਨ ਦੌਲਤ ਤੋਂ ਆਪਣੇ ਆਪ ਨੂੰ ਦੂਰ ਰੱਖਦੇ ਨੇ। ਪਿਤਾ ਗੁਰੂ ਸਭ ਜਨ ਹੈ ਪ੍ਰੀਤ, ਜਿਮ ਵਰਤਤ ਜਨ ਗਨ ਕੇ ਚੀਤ। ਪਿਤਾ ਗੁਰੂ ਰਾਮਦਾਸ ਮਹਾਰਾਜ ਜਾਣਦੇ ਆ ਵੀ ਸਾਡੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਕੇਵਲ ਸਾਡੀ ਪ੍ਰੀਤ ਤੇ ਸਾਡਾ ਪ੍ਰੇਮ ਚਾਹੀਦਾ, ਇਹਨਾਂ ਨੂੰ ਸਾਡੇ ਪਦਾਰਥ ਨਹੀਂ ਚਾਹੀਦੇ। ਬਾਬਾ ਪ੍ਰਿਥੀ ਚੰਦ ਨੂੰ ਸਾਡੀ ਲੋੜ ਨਹੀਂ, ਉਹਨਾਂ ਨੂੰ ਸੰਗਤੀ ਮਾਇਆ ਚਾਹੀਦੀ ਆ। ਸਤਨਾਮ, ਇਹ ਸਿੱਧੀ ਦੀ ਗੱਲ ਆ ਜੀ, ਮਾਇਆ ਕਿਸੇ ਜਥੇਦਾਰ ਕੋਲ ਆ ਜੇ, ਕਿਸੇ ਸਾਧ ਕੋਲ ਆ ਜੇ, ਕਿਸੇ ਪ੍ਰਚਾਰਕ ਕੋਲ ਆ ਜੇ, ਬੁੱਧੀ ਭ੍ਰਿਸ਼ਟਕਾਰੀ ਜਿਹੀ ਹੈ ਹੁੰਦੀ ਹੈ। ਇਹਦੇ ਤੋਂ ਕੌਣ ਬਚੇ ਆ? ਵੱਡੇ ਵੱਡੇ ਟੰਗੇ ਨੇ, ਗੁਰਬਾਣੀ ਨੇ ਆਪ ਲਿਖਿਆ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਦੀ ਸੇਵਾ ਜੋ ਕਰੇ ਤਿਸ ਹੀ ਕਹੋ ਫਿਰ ਖਾਏ। ਕਹਿੰਦੇ ਤੇ ਉਹ ਨਾਗਣੀ ਹੈ ਜਿਹੜਾ ਇਹਦੀ ਸੇਵਾ ਕਰਦਾ ਹੈ ਉਸੇ ਨੂੰ ਮਾਰ ਦਿੰਦੀ ਹੈ, ਉਸਦੀ ਨੂੰ ਟੰਗਦੀ ਹੈ। ਤੇ ਵੱਡੇ ਵੱਡੇ ਲੋਕਾਂ ਦੀ ਮੌਤ ਮਾਇਆ ਪਿੱਛੇ, ਮਾਇਆ ਪਿੱਛੇ ਲੜਾਈਆਂ ਹੋਈਆਂ, ਭਰਾ ਦੇ ਭਰਾ ਦਾ ਸਿਰ ਪਾੜਤਾ, ਜ਼ਮੀਨ ਪਿੱਛੇ ਲੜ ਕੇ ਮਾਰ ਦਿੱਤਾ, ਟੂਣੇ ਟੂਣ ਕਰਤਾ, ਜੇਲਾਂ ਭਰੀਆਂ, ਕਿਹਦੇ ਪਿੱਛੇ? ਮਾਇਆ ਪਿੱਛੇ। ਜਲ ਜ਼ਰੂਰ ਤੇ ਜ਼ਮੀਨ ਦਾ ਹੀ ਰਾਣਾ ਪੂਰੀ ਦੁਨੀਆਂ ਦੇ ਵਿੱਚ, ਜਲ ਜ਼ਰੂਰ ਜ਼ਮੀਨ ਤਿੰਨੇ ਚੀਜ਼ਾਂ ਮਾਇਆ ਦਾ ਹਿੱਸਾ ਨੇ। ਦੀਨ ਦੁਨੀਆਂ ਦੇ ਮਾਲਕ ਇਹ ਗੱਲ ਜਾਣਦੇ ਸੀ ਵੀ ਬਾਬਾ ਪ੍ਰਿਥੀ ਚੰਦ ਦਾ ਸੁਭਾਅ ਹੁਣ ਸਾਡੇ ਨਾਲ ਮੈਚ ਨਹੀਂ ਕਰਦਾ, ਕਿਉਂਕਿ ਉਹਨਾਂ ਦਾ ਫਿਕਰ ਕਰਨ ਵਾਲਾ ਹੁਣ ਕੋਈ ਹੋਰ ਹੈ। ਆਖੋ ਸਤਨਾਮ, ਜਿਹਦਾ ਫਿਕਰ ਉਹ ਕਰਦੇ ਆ ਮਾਇਆ। ਤੇ ਛੋਟੇ ਸਪੁੱਤਰ ਬਾਬਾ ਮਹਾਂਦੇਵ ਜੀ ਤੇ ਗੁਰੂ ਅਰਜਨ ਦੇਵ ਜੀ, ਉਹਨਾਂ ਦਾ ਕੋਈ ਲੈਣ ਦੇਣ ਨਹੀਂ, ਇਸੇ ਕਰਕੇ ਸੁਖੀ ਨੇ, ਆਨੰਦਿਤ ਨੇ। ਨਾ ਕਿਸੇ ਨੂੰ ਮਾਇਆ ਦੇਣ ਦੀ ਚਿੰਤਾ, ਨਾ ਕਿਸੇ ਤੋਂ ਲੈਣ ਦੀ ਚਿੰਤਾ। ਤੇ ਗੁਰੂ ਰਾਮਦਾਸ ਮਹਾਰਾਜ ਇਹ ਗੱਲ ਜਾਣਗੇ, ਇਸ ਕਰਕੇ ਦੋਨੇ ਪੁੱਤਰਾਂ ਨੂੰ ਟੂਟ ਬਣਾਉਂਦੇ ਆ, ਪ੍ਰੇਮ ਦੇ ਵਚਨ ਕਰਦੇ ਨੇ। ਛੋਟੇ ਬੰਸ ਵਿਭੂਖਣ ਹੋਵੇ,
ਸਭ ਗੁਣ ਨਿਪੁੰਨ ਪਿਤਾ ਜੋਵੇ। ਪਿਤਾ ਗੁਰੂ ਜਾਣਦੇ ਨੇ ਵੀ ਇਹ ਸੋਢੀ ਵੰਸ ਦੇ ਹੀਰੇ ਹੋਣਗੇ ਗੁਰੂ ਅਰਜਨ ਦੇ ਪਾਸ। ਤੱਤੀਆਂ ਤਵੀਆਂ ਤੇ ਬੈਠ ਕੇ ਵੀ ਇਹਨਾਂ ਸੀ ਨਹੀਂ ਆਖਣੀਆਂ ਕੋ ਸਰਦਾਉ। ਹੁਣ ਉੱਧਰ ਬਾਬਾ ਪ੍ਰੀਤੀ ਚੰਦ ਪਿਤਾ ਗੁਰੂ ਤੋਂ ਅੱਖ ਚੁਰਾਉਂਦੇ ਆ। ਮਾਇਆ ਨੇ ਸਿਖਾਤਾ ਵੀ ਅੱਖ ਚੁਰਾ ਕੇ ਰਹਿਣਾ। ਜੇ ਅੱਖ ਚੱਕ ਪਾ ਲਈ ਪਿਤਾ ਦੇ ਕੋਲ ਬਹੁਤਾ ਬੈਠੀ ਕਿਤੇ ਸਾਹ ਨਹੀਂ ਰੁਕਣਾ। ਪੁੱਛ ਹੀ ਨਾ ਲੈਣ ਕਿ ਪੁੱਤਰ ਇੰਨੇ ਦਿਨਾਂ ਤੋਂ ਮਾਇਆ ਵਾਲੀ ਸੀ ਕਿੰਨੀ ਕਿੱਥੇ ਲਾਈ ਹੈ। ਆਪੇ ਡਾਰਾ ਨਾ ਅੰਦਰ ਮਰਦ ਕੁਛ ਨਹੀਂ ਕੀਤੇ। ਸੱਚੇ ਪਾਤਸ਼ਾਹ ਨੇ ਤੇ ਕਦੇ ਪੁੱਛਿਆ ਵੀ ਨਹੀਂ। ਪਰ ਗੁਰੂ ਸਾਹਿਬ ਉਹਨਾਂ ਨੂੰ ਵੱਧ ਪ੍ਰੇਮ ਕਰਦੇ ਆ ਜਿਹੜੇ ਸਤਿਗੁਰਾਂ ਨੂੰ ਪ੍ਰੇਮ ਕਰਦੇ ਆ। ਤੇ ਪ੍ਰਿਥੀ ਚੰਦ ਜੀ ਨੇ ਆਉਣਾ, ਮੱਥਾ ਟੇਕਣਾ, ਮਰਜ਼ੀ ਨਾਲ ਬੈਠੇ ਰਹਿਣਾ, ਮਰਜ਼ੀ ਨਾਲ ਤੁਰ ਜਾਣਾ, ਆ ਕੇ ਪਿਤਾ ਗੁਰੂ ਨੂੰ ਕਹਿਣਾ ਮਰ ਜਾ ਜਾ ਖਰਚਾ ਕਰਤਾ ਤੇ ਸੰਗਤ ਲਈ ਘਰ ਬਣਾ ਲਏ, ਆ ਕੇ ਫਲਾਣਾ। ਸਤਿਗੁਰੂ ਕਹਿੰਦੇ ਅੱਛਾ ਭਾਈ। ਕਦੇ ਮਰਦ ਨੇ ਬਚਨ ਟੋਕਿਆ ਹੀ ਨਾ, ਨਿਜ ਕੁਲ ਮੇਰਾ ਖੈ ਗੁਰ ਆਈ, ਜਾਣ ਨਾ ਦੇ ਕਰ ਚਿਰ ਤਾਈ। ਬੱਕੇ ਗੱਲ ਜਾਣਦੇ ਸੀ ਗੁਰੂ ਰਾਮਦਾਸ ਮਹਾਰਾਜ ਵੀ ਸਾਡੇ ਪੁੱਤਰ ਗੁਰੂ ਅਰਜਨ ਦੇ ਪਾਤਸ਼ਾਹ ਨੇ ਜਿਹੜੀ ਗੁਰਤਾ ਗੱਦੀ ਹੈ ਆਪਣੇ ਮਾਤਾ ਦੇ ਬਚਨਾਂ ਨੂੰ ਪੂਰਿਆਂ ਕਰਕੇ ਸੋਢ ਵੰਸ ਵਿੱਚ ਹੀ ਰੱਖਣੀ ਹੈ। ਬੀਬੀ ਭਾਨੀ ਜੀ ਨੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੇ ਮਾਤਾ ਜੀ ਨੇ ਆਪਣੇ ਪਿਤਾ ਗੁਰੂ ਅਮਰਦਾਸ ਪਾਤਸ਼ਾਹ ਕੋਲ ਵਰ ਮੰਗਿਆ ਸੀ ਸਤਿਗੁਰੂ ਜੀ ਕਿ ਸਾਡੀ ਕੁੱਲ ਸੋਢ ਵੰਸ ਵਿੱਚ ਹੀ ਰਹੇ। ਸਤਿਗੁਰਾਂ ਬਚਨ ਕੀਤਾ ਸੀ, ਕਹਿੰਦੇ ਹਾਂ ਗੁਰਗੱਦੀ ਤੁਹਾਡੀ ਵੰਸ਼ ਵਿੱਚ ਰਹੂਗੀ, ਪਰ ਮਾਇਆ ਪ੍ਰਵੇਸ਼ ਕਰੂਗੀ ਚੌਥੇ ਰੂਪ ਵਿੱਚ ਆ ਕੇ, ਨਾਲ ਨਾਲ ਫਸਾਦ, ਝਗੜੇ, ਲੜਾਈਆਂ ਤੇ ਦੁੱਖ ਵੀ ਸਹਿਣੇ ਹੋਣਗੇ। ਆਖੋ ਸਤਨਾਮ। ਗੁਰੂ ਰਾਮਦਾਸ ਸਭ ਕੁਝ ਜਾਣਦੇ ਆ, ਤਾਂ ਹੀ ਤੇ ਖੇਡ ਕਰਦੇ। ਮਾਇਆ ਦੀ ਕੀ ਔਕਾਤ ਹੈ ਗੁਰੂ ਘਰ ਵੜ ਗਿਆ, ਕੀ ਰੌਣਾ ਮਾਇਆ ਦਾ, ਕੀ ਕਰ ਸਕਦੀ ਮਾਇਆ। ਗੁਰੂ ਨਾਨਕ ਸਾਹਿਬ ਜੀ ਨੇ 12 ਕੋਹ ਦੂਰ ਰੱਖੀ ਹੈ, ਮੌਜ ਹੈ ਸੱਚੇ ਪਾਤਸ਼ਾਹ। ਤੇ ਅੱਜ ਵੀ ਉਹ ਮੌਜ ਮਸਤੀ ਵਰਤਦੀ ਹੈ, ਧਾਰਮਿਕ ਥਾਵਾਂ ਤੇ ਲੜਾਈਆਂ ਕਾਹਦੀਆਂ। ਤੁਸੀਂ ਹਾਈਕੋਰਟ ਜਾ ਕੇ ਪਤਾ ਕਰੋ ਕਿੰਨੇ ਮੰਦਰ ਮਸਜਿਦ ਗੁਰਦੁਆਰਿਆਂ ਦੇ ਕੇਸ ਚੱਲਦੇ ਕਾਹਦੇ ਪਿੱਛੇ, ਪ੍ਰੋਪਰਟੀ ਪਿੱਛੇ, ਮਾਇਆ ਪਿੱਛੇ। ਆ ਕਿੰਨੀਆਂ ਰਾਜਨੀਤੀਆਂ ਸਾਡੇ ਦੇਸ਼ ਚ ਹੁੰਦੀਆਂ, ਮੰਦਰ ਢਾਤਾ, ਮਸਜਿਦ ਢਾਤੀ, ਕਾਹਦੀ, ਮਾਇਆ ਪਿੱਛੇ ਰੌਲਾ ਹੀ ਇਹਦਾ। ਹੁਣ ਜਿਹੜੇ ਇਹਨਾਂ ਪਿੱਛੇ ਲੱਗੇ ਉਹ ਸਿੱਖ ਥੋੜੀ ਨੇ, ਧਰਮੀ ਥੋੜੀ ਨੇ, ਧਰਮੀ ਉਹ ਨੇ ਜਿਹੜੇ ਕਿਸੇ ਰੌਲੇ ਚ ਨਹੀਂ ਪੈਂਦੇ, ਕਹਿੰਦੇ ਸਾਡਾ ਤੇ ਬਸ ਇੱਕ ਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਾ। ਅਸੀਂ ਕੀ ਲੈਣਾ, ਕੌਣ ਕੀ ਖਾਂਦਾ, ਕੌਣ ਕੀ ਦਿੰਦਾ, ਕੌਣ ਕੀ ਲੁੱਟਦਾ, ਅਸੀਂ ਇਸ ਗੇੜੇ ਵਿੱਚ ਨਹੀਂ। ਤੇ 84 ਦਾ ਗੇੜਾ ਬੰਦਗੀ ਵਾਲੇ ਤੇ ਆਪਣੇ ਗੁਰੂ ਨੂੰ ਮਿਲਦੇ ਆ, ਕਹਿੰਦੇ ਝਗੜਿਆਂ ਤੋਂ ਪਾਤਸ਼ਾਹ ਸਾਨੂੰ ਦੂਰ ਰੱਖੀ, ਕਲੇਸ਼ ਤੋਂ ਸਾਨੂੰ ਦੂਰ ਰੱਖੀ, ਇਹ ਮਾਇਆ ਛੱਡ ਕੇ ਤੇਰੇ ਦਰ ਆਇਆ, ਜੇ ਤੇਰੇ ਦਰ ਤੇ ਵੀ ਇਹ ਲਪੇਟੀ ਫਿਰਦੀ ਹੈ ਤੇ ਬਚਾਂਗੇ ਕਿਹੜੇ ਦਰ, ਸਾਨੂੰ ਛੁਡਾਊ ਕਿਹੜੇ ਦਰ। ਬਾਬਾ ਪ੍ਰਿਥੀ ਚੰਦ ਜੀ ਨੂੰ ਉਸ ਮਾਇਆ ਨੇ ਘੇਰਾ ਪਾ ਲਿਆ, ਉਹ ਰੁੱਝ ਗਏ ਨੇ ਉਹਦੇ ਵਿੱਚ। ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ, ਉਹ ਆਪਣੇ ਆਪ ਹੀ ਸੋਚਦੇ ਰਹਿੰਦੇ ਆ ਵੀ ਇਹ ਮਾਇਆ ਮੇਰੀ ਹੋਊ ਕਿਵੇਂ, ਸੰਭਾਲਾ ਕਿਵੇਂ, ਰੱਖਾ ਕਿਵੇਂ, ਮੇਰਾ ਸਤਿਕਾਰ ਕਿਵੇਂ ਵਧੇ। ਜਿਵੇਂ ਜਿਵੇਂ ਪ੍ਰਸੰਗ ਚੱਲਣਗੇ ਕੱਲ੍ਹ ਦੇ ਦੀਵਾਨਾਂ ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।